ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਸਿੱਖ ਕੌਮ ਸੰਬੰਧੀ ਇਸ ਸਮੇਂ ਲੋਅਰ ਮੇਨਲੈਂਡ ਦੇ ਵਿੱਚ ਜੇ ਦੇਖ ਲਵੋ ਤਾਂ ਕਈ ਥਾਵਾਂ ਦੇ ਉੱਤੇ ਤੁਹਾਨੂੰ ਕਈ ਥਾਵਾਂ 'ਤੇ ਪੋਸਟਰ ਬੋਰਡ ਲੱਗੇ ਦਿਖ ਜਾਣਗੇ ਅਤੇ ਬਲੱਡ ਡੋਨੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਅਤੇ ਆਖਿਰ ਇਹ ਹੈ ਕੀ ਹੈ ਅਤੇ ਇਸ ਦੇ ਪਿੱਛੇ ਦੀ ਸੋਚ ਕੀ ਹੈ ਅਤੇ ਬਲੱਡ ਡੋਨੇਸ਼ਨ ਦੇ ਲਈ ਇਸੇ ਜਿਹੜਾ ਨਾਮ ਦੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ, ਇਹ ਕੌਣ ਲੋਕ ਨੇ ਜਿਹੜੇ ਇਸ ਚੀਜ਼ ਦਾ ਪ੍ਰਚਾਰ ਵੀ ਕਰ ਰਹੇ ਨੇ ਅਤੇ ਥਾਂ ਥਾਂ ਦੇ ਉੱਤੇ ਬਲੱਡ ਡੋਨੇਸ਼ਨ ਦੇ ਜਿਹੜੇ ਕੈਂਪ ਵੀ ਲਗਾਏ ਜਾ ਰਹੇ ਨੇ, ਅਤੇ ਕੀ ਇਸ ਦੇ ਪਿੱਛੇ ਦਾ ਮੰਤਵ ਹੈ, ਅਤੇ ਇਹਨਾਂ ਸਭ ਨੂੰ ਲੈ ਕੇ ਹੀ ਅਸੀਂ ਗੱਲਬਾਤ ਅੱਜ ਕਰਾਂਗੇ, ਜਿਸ ਦੇ ਵਿੱਚ ਜਾਣਾਂਗੇ ਕਿ ਆਖਿਰ ਸਿੱਖ ਕੌਮ ਜੋ ਕਿਸਦੇ ਵੱਲੋਂ ਇਹ ਸੋਚ ਲਿਆਂਦੀ ਗਈ ਅਤੇ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਈ। ਅਤੇ ਬਰਜਿੰਦਰ ਸਿੰਘ ਸਾਡੇ ਨਾਲ ਅੱਜ ਮੌਜੂਦ ਨੇ ਇਸੇ ਦੇ ਉੱਤੇ ਗੱਲਬਾਤ ਕਰਨ ਲਈ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਟੀ ਵੀ ਪੰਜਾਬ। ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਧੰਨਵਾਦ। ਜੀ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਮੈਂ ਗੱਲ ਕਹੀ ਹੈ ਕਿ ਲੋਅਰ ਮੇਨਲੈਂਡ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੋਰਡ ਲੱਗੇ ਹੋਏ ਨੇ, ਬਲੱਡ ਡੋਨੇਸ਼ਨ ਕੈਂਪ, ਬਹੁਤ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਨੇ, ਕਈ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਂਦੇ ਨੇ, ਪਰ ਸਿੱਖ ਨੇਸ਼ਨ ਵੱਲੋਂ ਜੋ ਇਹ ਸਿੱਖ ਕੌਮ ਦੇ ਵੱਲੋਂ ਲਗਾਇਆ ਜਾ ਰਿਹਾ, ਇਸ ਦੇ ਪਿੱਛੇ ਦਾ ਕੀ ਮੰਤਵ ਹੈ ਅਤੇ ਇਹ ਕਿਉਂ ਹੈ? ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਦੇਖੋ ਜਿਹੜਾ ਮਕਸਦ ਆ ਉਹ ਤਾਂ ਮੇਰੇ ਖਿਆਲ ਕਾਫ਼ੀ ਸਿੱਖਾਂ ਨੂੰ ਇਸ ਦੇ ਬਾਰੇ ਕਲੀਅਰ ਹੈਗਾ ਵੀ ਜਿਹੜੀ ਆਪਣੇ ਨਾਲ 1984 ਦੇ ਵਿੱਚ ਸਿੱਖ ਨਸਲ ਕੁਸ਼ੀ ਹੋਈ ਸੀਗੀ ਉਹ ਸਾਨੂੰ ਬੜੇ ਚੰਗੇ ਤਰੀਕੇ ਨਾਲ ਜਿਨ੍ਹਾਂ ਨੇ ਕੀਤੀ ਸੀ ਉਹਨਾਂ ਨੇ ਬੜਾ ਵਿਉਂਤ ਕੀਤੀ ਹੋਈ ਸੀ, ਉਹ ਤੋਂ ਪਹਿਲਾਂ ਹੀ ਉਹਦਾ ਇੰਤਜ਼ਾਮ ਕਰਕੇ ਆਪਾਂ ਨੂੰ ਦੱਸਿਆ ਸੀ ਵੀ ਜਿਹੜਾ ਤੁਹਾਡੇ 'ਤੇ ਅਸੀਂ ਕੀਤਾ ਇਹ ਦੰਗੇ ਨੇ, ਉਹ ਕਿਹਨੇ ਕੀਤੇ ਸੀਗੇ, ਕਿਉਂ ਕੀਤੇ ਸੀ, ਉਹਦੇ ਬਾਰੇ ਵੀ ਸਾਨੂੰ ਬੜੇ ਭੁਲੇਖੇ ਸੀਗੇ। ਜਿਵੇਂ ਕਿ ਆਪਾਂ ਨੂੰ ਆਮ ਤੌਰ 'ਤੇ ਹਰ ਇੱਕ ਹਿੰਦੂ ਇਸ ਤਰੀਕੇ ਨਾਲ ਲੱਗਣ ਲੱਗ ਗਿਆ ਸੀ ਵੀ ਹਿੰਦੂਆਂ ਨੇ ਕਤਲ ਕੀਤਾ, ਆਮ ਸਿੱਖ ਦੀ ਭਾਵਨਾ ਇਹ ਸੀਗੀ, ਜਾਂ ਸਾਨੂੰ ਇਸ ਤਰੀਕੇ ਨਾਲ ਚਾਰ ਨਾਂ ਦੇ ਦਿੱਤੇ ਸੀਗੇ, ਕਾਂਗਰਸ ਨੇ ਕੀਤਾ, ਕਾਂਗਰਸ ਦੇ ਵਿੱਚ ਵੀ ਗਾਹਾਂ ਚਾਰ ਪੰਜ ਨਾਂ ਵੀ ਟਾਈਟਲਰ ਆ ਫਲਾਨਾ, ਉਹਨੂੰ ਸਜ਼ਾ ਦਿਵਾਉਣੀ ਹੈ, ਇਹਨੂੰ ਆਪਾਂ ਐਂ ਕਰਨਾ, ਇਸ ਤਰੀਕੇ ਨਾਲ ਸਾਨੂੰ ਚਿੰਝੜਾ ਦਿੱਤਾ। ਪਰ ਰਿਐਲਿਟੀ ਜਿਹੜੀ ਸੀ, ਨਾ ਤਾਂ ਸਾਨੂੰ ਕਿਸੇ ਲੀਡਰ ਕਰਕੇ ਸਿੱਖ ਕੌਮ ਨੂੰ ਮਾਰਿਆ ਸੀਗਾ, ਨਾ ਕਿਸੇ ਪਰਟੀਕੁਲਰ ਲੀਡਰ ਨੇ ਸਾਨੂੰ ਮਾਰਿਆ ਸੀਗਾ, ਰਿਐਲਿਟੀ ਸੀਗੀ ਸਾਨੂੰ ਸੋਚ ਨੇ ਮਾਰਿਆ ਸੀਗਾ। ਅਤੇ ਇੱਧਰ ਵੀ ਇੱਕ ਸੋਚ ਸੀਗੀ ਜਿਹੜੀ ਉਹਨਾਂ ਨੂੰ ਉੱਦਣ ਨਹੀਂ ਸੀ ਚੁੱਭਦੀ, ਉਹ 550 ਸਾਲ ਪਹਿਲਾਂ ਵੀ ਚੁੱਭਦੀ ਸੀਗੀ, ਜਿਹਦਾ ਆਪਾਂ ਨੂੰ ਚਾਅ ਚੜ੍ਹਦਾ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਆ ਮਨਾਉਂਦੇ ਹਾਂ, ਉਸੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸੋਚ ਆ ਉਹਨੂੰ ਕੱਟਦੀ ਆ। ਇੱਕ ਪਾਸੇ ਸਰਬੱਤ ਦਾ ਭਲਾ ਕਰਨ ਵਾਲੀ ਚੀਜ਼ ਆ, ਦੂਜੇ ਪਾਸੇ ਉਹਦੇ ਬਿਲਕੁਲ ਵਿਪਰੀਤ ਆ। ਉਹ ਆਪਾਂ ਅੱਜ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਹੁਕਮਰਾਨਾਂ ਨੂੰ ਉਹਦੇ ਐਕਸ਼ਨ ਦੇਖ ਕੇ ਆਪਾਂ ਬਿਲਕੁਲ ਕਲੀਅਰ ਦੇਖ ਸਕਦੇ ਹਾਂ। ਉਹਦੇ ਤਹਿਤ ਆਪਣਾ ਉਹਨਾਂ ਨੇ ਇੱਕ ਸ਼ਿਕਾਰ ਖੇਡਿਆ ਸਾਨੂੰ ਸਬਮਿਸ਼ਨ ਦੇ ਵਿੱਚ ਲਿਆਉਣ ਨੂੰ, ਵੀ ਸਾਡੇ 'ਚੋਂ ਹੀ ਆ, ਹੈਗੇ ਤੁਹਾਡਾ ਨਸਲ ਕੁਛ ਹੀ ਕਰਦੇ ਹਾਂ ਪਰ ਤੁਸੀਂ ਸਾਡੇ 'ਚੋਂ ਹੀ ਆ। ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਦੇਖਿਆ ਵੀ ਜੇ ਸਾਨੂੰ ਲੀਡਰ ਕਰਕੇ ਨਹੀਂ ਮਾਰਿਆ ਹੋਇਆ ਪਰ ਸਾਡੀ ਕੌਮ, ਤੁਸੀਂ ਅੱਜ ਵੀ ਸਧਾਰਨ ਤੌਰ 'ਤੇ ਕਿਸੇ ਸਿੱਖ ਵੀਰ ਭੈਣ ਨੂੰ ਪੁੱਛੋ, ਨਹੀਂ ਜੀ ਸਾਡਾ ਕੋਈ ਲੀਡਰ ਹੈ ਨਹੀਂ, ਉਹ ਕਹਿੰਦੇ ਵੀ ਨਹੀਂ ਇਹਦਾ ਮਤਲਬ ਤੁਹਾਡਾ ਪੈਦਾ ਤਾਂ ਅਸੀਂ ਹੋਣ ਹੀ ਨਹੀਂ ਦੇਣਾ। ਉਹ ਕਹਿੰਦੇ ਲੀਡਰ ਕਾਹਦੇ ਲਈ ਚਾਹੀਦਾ, ਤੁਹਾਡੇ ਗੁਰੂ ਨਾਨਕ ਪਾਤਸ਼ਾਹ ਨੇ 28 ਮਿਲੀਅਨ ਸਿੱਖ ਕੌਮ ਨੂੰ ਇੱਕ ਰੂਹ ਫੂਕੀ ਹੋਈ ਆ ਤੁਹਾਡੇ 'ਚ, ਤੁਹਾਡਾ ਲੀਡਰ ਮੈਂ ਹਾਂ, ਮੇਰੀ ਸੋਚ ਦੇ ਧਾਰਨੀ ਹੋ ਜਾਓ, ਪੰਜਾਂ ਦੇ ਵਿੱਚ ਵਿਸ਼ਵਾਸ ਰੱਖਣ ਲੱਗ ਜਾਓ, ਤੁਹਾਨੂੰ ਲੀਡਰ ਦੀ ਲੋੜ ਹੀ ਨਹੀਂ, ਤੁਸੀਂ ਕੌਣ ਫਿਰ? ਲੀਡਰਸ਼ਿਪ ਆ ਜਿਹੜੀ ਚੀਜ਼ ਆਪਾਂ ਉਸ ਭਾਵਨਾ ਨੂੰ ਕੱਢਦੇ ਹੋਏ ਨਹੀਂ, ਅੰਪਾਵਰ ਹੋਈਏ, ਕਿਸੇ ਦੀ ਤਲਾਸ਼ ਨਾ ਕਰੀਏ, ਆਪਣੇ ਆਪ ਨੂੰ ਸਮਝੀਏ, ਉਹ ਸਮਝ ਦੇ ਵਿੱਚੋਂ ਇੱਕ ਚੀਜ਼ ਨਿਕਲੀ ਵੀ ਕੀ ਕਰੀਏ। ਉਹ ਕਹਿੰਦੇ ਜਾਨਾਂ ਗਈਆਂ ਸੀ, ਜਾਨਾਂ ਬਚਾਈਏ, ਪਰ ਜਾਨਾਂ ਬਚਾਉਂਦੇ ਬਚਾਉਂਦੇ ਇਹ ਇੰਨਾ ਖਿਆਲ ਨਹੀਂ ਸੀਗਾ, ਇੰਨੀ ਸੋਝੀ ਹੈ ਨਹੀਂ ਸੀਗੀ, ਬੰਦਿਆਂ ਦੇ ਕੋਲ ਹੁੰਦੀ ਨਹੀਂ ਇੰਨੀ। ਗੁਰੂ ਮਹਾਰਾਜ ਨੇ ਜਿਹੜੀ ਉਹ ਰੂਹ ਫੂਕੀ ਹੋਈ ਸੀ ਉਹਦੇ ਅੰਦਰ ਇੱਕ ਦਰਦ ਦੀ, ਜਿਵੇਂ ਆਪਾਂ ਦੇਖਦੇ ਹੁਣ ਸਮਝ ਆਉਂਦੀ ਆ ਵੀ ਕਿਸੇ ਨੂੰ ਭੁੱਖੇ ਦੀ ਭੁੱਖ ਨਹੀਂ ਜਰੀ ਜਾਂਦੀ, ਕਿਸੇ ਦੇ ਅੱਤਿਆਚਾਰ ਜਦੋਂ ਮਾੜੇ ਨਾਲ ਹੀ ਖੜਨ, ਕਸ਼ਮੀਰੀ ਅੱਜ ਵਿਚਾਰੇ ਤਾਂ ਔਖੇ ਨੇ, ਨਹੀਂ ਮਾਰਨ ਵਾਲਿਆਂ ਨਾਲ ਨਹੀਂ ਖੜਨਾ, ਦੂਜੇ ਨਾਲ ਖੜਨਾ। ਉਹ ਕਹਿੰਦੇ ਕਿੱਥੋਂ ਪੈਦਾ ਹੋ ਗਈ, ਕਿਸੇ ਬੰਦੇ ਨੇ ਕਰਤੀ ਜਾਂ ਕਿਸੇ ਫਲਾਨੇ ਲੀਡਰ ਨੇ, ਜਿਹੜੇ ਆਪਾਂ ਆਮ ਗਿਣਦੇ ਹਾਂ ਫਲਾਨਾ ਮਾੜਾ ਫਲਾਨਾ ਚੰਗਾ ਸੀ, ਬਣਾਏ ਹੋਏ ਆ ਟਾਈਮ ਟੂ ਟਾਈਮ, 2-4 ਸਾਲ ਕੋਈ 4 ਮਹੀਨੇ ਲਈ ਕੋਈ ਲੀਡਰ ਆਉਂਦਾ ਉਹ ਸਾਨੂੰ ਲੱਗਣ ਲੱਗ ਜਾਂਦਾ। ਉਹ ਕਹਿੰਦਾ ਨਹੀਂ, ਤੁਹਾਡੇ ਵਿੱਚ ਮੈਂ ਇੱਕ ਰੂਹ ਫੂਕੀ, ਉਹਨੂੰ ਲੀਡਰ ਬਣਾ ਲਓ।
ਇਸ ਚੀਜ਼ ਦੇ ਵਿੱਚ ਜਿਹੜੀਆਂ ਜਾਨਾਂ ਬਚਾਉਣ ਦਾ ਸਿਲਸਿਲਾ 1999 ਸ਼ੁਰੂ ਹੋਇਆ, ਕਿਉਂਕਿ ਖਾਲਸੇ ਦਾ ਸਾਜਨਾ ਦਿਵਸ ਸੀਗਾ। ਸਾਰੀ ਕੌਮ ਉਸ ਵੇਲੇ ਯੂਫੋਰੀਏ ਦੇ ਵਿੱਚ ਸੀਗੀ ਵੀ ਚਲੋ ਆਪਾਂ ਦਿਨ ਮਨਾਉਣਾ, ਜਦਕਿ ਇਹ ਪਤਾ ਦੀਂਦਾ ਸੀਗਾ ਵੀ ਹੁਣ ਫਿਰ 100 ਸਾਲ ਫਿਰ ਇਹ ਕੌਮ ਉਡੀਕੂਗੀ ਵੀ ਅਸੀਂ ਫਿਰ 400 ਸਾਲਾਂ ਮਨਾਵਾਂਗੇ। ਨਹੀਂ, ਇਹ ਤਾਂ ਐਵਰੀ ਸੈਕਿੰਡ ਮਨਾਉਣ ਵਾਲੀ ਇਹ ਗੁਰੂ ਦਾ ਰਾਹ, ਉਸ ਚੀਜ਼ ਨੂੰ ਦੇਖਦੇ ਹੋਏ ਕੱਢੇ ਤੁਸੀਂ। 132 ਡੋਨਰ 1999 'ਚ ਹੁੰਦੇ ਆ ਜਿਨ੍ਹਾਂ ਨੇ ਡੋਨੇਸ਼ਨਸ ਕੀਤੀਆਂ। ਅੱਜ ਸਰੀ ਡੈਲਟਾ ਦੇ ਵਿੱਚ, ਇਕੱਲੇ ਸਰੀ ਡੈਲਟਾ ਦੇ ਵਿੱਚ 10,000 ਤੋਂ ਵੀ ਵੱਧ ਡੋਨਰ ਵੀਰ ਭੈਣ ਬੈਠੇ ਆ। ਪਰ ਬਾਕੀ ਸ਼ਹਿਰਾਂ ਦੇ ਵਿੱਚ ਤੁਸੀਂ ਟੋਰਾਂਟੋ, ਮੌਂਟਰੀਅਲ, ਐਬਸਫੋਰਡ, ਕਿਹੜਾ ਤੁਸੀਂ, ਮੇਰੇ ਕੋਲ ਅੱਜ ਕੋਈ ਸ਼ਹਿਰ ਹੈ ਨਹੀਂ ਜਿਹਦੇ ਵਿੱਚ ਨਹੀਂ ਵੀਰ ਭੈਣ ਉੱਠ ਕੇ ਉਮੜ ਕੇ ਜਾਨਾਂ ਬਚਾਉਂਦੇ ਆ। ਉਹਨਾਂ ਦੇ ਮਨ 'ਚ ਅਹਿਸਾਸ ਆ ਵੀ ਸਾਡੀਆਂ 400 ਭੈਣਾਂ ਘਰਾਂ 'ਚ ਬੇਟੀਆਂ ਸਾਡੀਆਂ ਆਈਆਂ ਨਹੀਂ ਸੀ ਦਿੱਲੀ 'ਚ, ਅੱਜ ਤਾਂ ਵੀ ਨਹੀਂ ਆਈਆਂ, ਪਤਾ ਨਹੀਂ ਕਿਸੇ ਬਰੋਥਲ 'ਤੇ ਬੈਠੀਆਂ ਹੋਣੀਆਂ, ਪਤਾ ਨਹੀਂ ਕਿੱਥੇ ਹੋਣੀਆਂ, ਹੋਣੀਆਂ ਵੀ ਹੈ ਕਿ ਨਹੀਂ। ਪਰ ਹਜ਼ਾਰਾਂ ਵੀਰ ਭੈਣ ਜਾਲੇ ਗਏ, ਉਹ ਵਿਚਾਰੇ ਜਸਟਿਸ ਦੀ ਬਦਕਿਸਮਤੀ ਕੀ ਆ, ਉਸ ਤੋਂ ਜਸਟਿਸ ਭਾਲਦੇ ਰਹੇ ਜਿਹਨੇ ਉਹ ਸਾਰਾ ਕੁਛ ਕੀਤਾ। ਇਦੋਂ ਵੱਡਾ ਦਿਖਾ ਦੁਨੀਆਂ 'ਚ ਕੋਈ ਨਹੀਂ ਹੁੰਦਾ, ਕਤਲ ਕਰਨ ਵਾਲੇ ਤੂੰ ਕੋਈ ਬੰਦਾ ਜੱਜ ਬਣਾ ਕੇ ਬਹਾਵੇ। ਪਰ ਆਹ ਸਾਰੀ ਚੀਜ਼ ਦੇ ਵਿੱਚੋਂ ਇੱਕ ਚੀਜ਼ ਬਹੁਤ ਕਲੀਅਰ ਹੋਈ ਆ ਵੀ ਜਿਹੜੇ ਗੁਰੂ ਮਹਾਰਾਜ ਨੇ ਆਪਣੇ 'ਚ ਰੂਹ ਫੂਕੀ ਹੋਈ ਆ, ਉਹਦੀ ਰਿਲਾਈਜੇਸ਼ਨ ਕੌਮ ਦੇ ਵਿੱਚ ਹੌਲੀ ਹੌਲੀ 21 ਸਾਲਾਂ 'ਚ ਤਿਪ ਤਿਪ ਕਰਕੇ ਜਿੱਥੇ ਆਪਦੀ ਹਉਮੈ ਲੋਕਾਂ ਦੀ ਜਾਣ ਰਹੀ ਆ ਅਤੇ ਇੱਕ ਪਿਆਰ ਆ ਰਿਹਾ, ਉੱਥੇ ਜ਼ਾਲਮ ਦੇ ਵਿਰੁੱਧ ਇੱਕ ਰਿਜ਼ੋਲਵ ਵੀ ਆ ਰਿਹਾ। ਜਾਣੀ ਆਮ ਤੌਰ 'ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਣੇ ਖਣੇ ਨਾਲ ਹੀ ਆ ਗਿਆ ਸੀ ਵੀ ਸਾਨੂੰ ਇਹਨਾਂ ਨੇ ਮਾਰਿਆ, ਹੁਣ ਬਿਲਕੁਲ ਚਿੱਟੇ ਦਿਨ ਵਾਂਗੂ ਕਲੀਅਰ ਹੋ ਰਿਹਾ ਵੀ ਨਹੀਂ, ਤੁਹਾਨੂੰ ਜੇਕਰ ਇੱਕ ਪਾਸੇ 2002 'ਚ ਇੱਕ ਹੁਕਮਰਾਨ ਕਤਲ ਕਰਕੇ, ਉਸ ਤੋਂ ਬਾਅਦ ਸਾਰੇ ਹਜ਼ਾਰਾਂ ਦਾ ਕਤਲ ਕਰਕੇ ਉਹਨੂੰ 12 ਸਾਲ ਵੀਜ਼ਾ ਨਹੀਂ ਮਿਲਦਾ ਅਮੈਰੀਕਾ ਦਾ, ਅੱਜ ਉਹ ਪ੍ਰਧਾਨ ਮੰਤਰੀ ਤੌਰ 'ਤੇ ਦੂਜੀ ਟਰਮ 'ਚ ਆ, ਪਰ ਉਹਦੇ ਉਲਟ ਜਿਹੜਾ ਸੰਜੀਵ ਭੱਟ ਵਰਗਾ ਵਿਚਾਰਾ ਪੁਲਿਸ ਆਫਿਸਰ ਆ ਜਿਹੜਾ ਓਨੈਸਟ ਆ, ਉਹਨੂੰ ਉਹ 30 ਸਾਲਾਂ ਲਈ ਅੰਦਰ ਡੱਕ ਦਿੰਦਾ, ਕਿਉਂਕਿ ਉਹਨੇ ਕਿਹਾ ਸੀਗਾ ਵੀ ਤੂੰ ਯਾਰ ਐਂ ਨਾ ਕਰ, ਤੂੰ ਲੋਕਾਂ ਨੂੰ ਮਾਰਿਆ, ਮੈਂ ਉਹਦਾ ਗਵਾਹ। ਇਸ ਕਰਕੇ ਉਹ ਚੀਜ਼ਾਂ ਆਪਣੇ ਲਈ ਬਹੁਤ ਕਲੀਅਰ ਹੋਣ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਸਮਝਣ ਲੱਗ ਜਾਂਦੇ ਚੀਜ਼ ਨੂੰ ਤਾਂ ਨੇਚਰ ਤਾਂ ਸਮਝਾਉਂਦੀ ਆ ਤੁਹਾਨੂੰ, ਪਰ ਤੁਹਾਨੂੰ ਸਮਝਣਾ ਜ਼ਰੂਰੀ ਹੁੰਦਾ। ਹਾਂਜੀ ਜੀ, ਤੁਸੀਂ ਇਸ ਵਿੱਚ ਜ਼ਿਕਰ ਕੀਤਾ ਕਿ ਕੋਈ ਧਰਮ ਜਾਂ ਫਿਰ ਕੋਈ ਜਾਤ ਪਾਤ ਜਾਂ ਕੋਈ ਪਾਰਟੀ ਹਮਲਾਵਰ ਨਹੀਂ, ਸੋਚ ਹਮਲਾਵਰ ਹੈ, ਅਤੇ ਉਹ ਹਮਲਾਵਰ ਸੋਚ ਹੈ ਜਿਹੜੀ ਉਸ ਦੇ ਜਵਾਬ ਵਿੱਚ ਜਿਵੇਂ ਆਪਣੀ ਸੋਚ ਨਾਲ ਉਸਨੂੰ ਜਾਂ ਸੂਝਬੂਝ ਨਾਲ ਉਸ ਜਵਾਬ ਉਸ ਸੋਚ ਨੂੰ ਕਿਵੇਂ ਦੇਣਾ, ਕਿ ਉਹ ਹਮਲੇ ਦੇ ਵਿੱਚ ਹੀ ਦਿੱਤਾ ਜਾਵੇ ਜਾਂ ਫਿਰ ਉਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇ, ਕਿਸ ਤਰ੍ਹਾਂ? ਦੇਖੋ, ਜਿੱਥੋਂ ਤੱਕ ਉਹ ਜਨੂਨੀ ਕੋਈ ਸਰੀਰ ਹੁੰਦੇ ਨੇ ਉਹਨਾਂ ਦੀ ਤਾਂ ਸੋਚ ਬਦਲਣੀ ਨਹੀਂ ਹੈਗੀ। ਮੇਰਾ ਖਿਆਲ ਹੈ, ਸ਼ਾਇਦ ਮੈਂ ਆਪਦੀ ਸੋਝੀ ਦੇ ਹਿਸਾਬ ਨਾਲ ਹੀ ਗੱਲ ਕਰਦਾ ਵੀ ਜਿਹੜੀ ਅਕਾਲ ਪੁਰਖ ਨੇ ਇੱਕ ਤੁਹਾਨੂੰ ਮੌਕਾ ਵੀ ਦੇਣਾ ਹੁੰਦਾ ਇਨਸਾਨ ਨੂੰ, ਉਹਨਾਂ ਨੇ ਇੱਕ ਸੋਚ ਸਰੀਰਾਂ ਦੇ ਵਿੱਚ ਹੈਗੀ ਆ, ਉਹ ਤਾਂ ਸਰੀਰਾਂ ਦੇ ਨਾਲ ਹੀ ਜਾਊਗੀ। ਪਰ ਜਿਹੜੇ ਆਮ ਸਧਾਰਨ ਬੰਦੇ ਹੁੰਦੇ, ਜਿਹੜੇ ਉਹਨੂੰ ਫਾਲੋ ਕਰਦੇ ਹੁੰਦੇ ਆ, ਉਹ ਸਾਰੇ ਜਿਵੇਂ ਉੱਥੇ ਕੋਈ ਟਰਮ ਆਉਂਦੀ ਆ ਮੋਦੀ ਭਗਤ, ਉਹ ਨਹੀਂ ਹੁੰਦੇ, ਉਹ ਵਿਚਾਰੇ ਵਰਗਲਾਏ ਹੁੰਦੇ ਨੇ, ਉਹਨਾਂ ਨੂੰ ਲਾ ਲਿਆ ਜਾਂਦਾ ਇੱਥੇ। ਪਰ ਜੇ ਉਹਦੇ ਪੈਰਲਲ ਇੱਕ ਸੋਚ ਖੜੀ ਕਰੀ ਜਾਂਦੀ ਆ, ਉਹ ਤੁਹਾਨੂੰ ਕਲੀਅਰ ਕਰਦੀ ਆ ਆਪਣਾ। ਸਾਰੇ ਭਾਰਤ ਦੇ ਲੋਕਾਂ ਨੂੰ ਕੋਈ ਸਮਝਾਉਣ ਦਾ ਤਾਂ ਹੈ ਨਹੀਂਗਾ, ਆਪਣਾ ਸਭ ਤੋਂ ਵੱਡੀ ਗਲਤ ਇਹੀ ਆ ਵੀ ਜਿਹੜੀ ਸਿੱਖ ਕੌਮ ਸੀਗੀ ਜਿਹਨੂੰ ਮਾਰਿਆ ਗਿਆ ਸੀ, ਉਹਦੇ ਨਾਲ ਬੜੇ ਢੰਗ ਦੇ ਨਾਲ ਉਹਨਾਂ ਨੇ ਇਹਦੇ ਵਿੱਚ ਘੁਸਪੈਠ ਕਰਕੇ ਬੰਦੇ ਇੱਕ ਦੂਜੇ ਦੇ ਮਰਵਾਏ, ਜਿਹੜਾ ਐਮ ਨਹੀਂ ਦੱਸਿਆ ਜਿਵੇਂ ਮੈਂ ਤੁਹਾਨੂੰ ਜਾਤੀ। ਇਹ ਬਿਲਕੁਲ ਬਹੁਤ ਸਿੱਖਾਂ ਦੇ ਵੀਰ ਭੈਣਾਂ ਦੇ ਘਰ ਹੋਣਗੇ ਜਦੋਂ ਬੱਸਾਂ 'ਚ ਲਾ ਕੇ 4-5 ਬੰਦਿਆਂ ਨੂੰ, ਵਿਚਾਰਿਆਂ ਨੂੰ, ਹਿੰਦੂਆਂ ਨੂੰ ਮਾਰਿਆ ਗਿਆ ਸੀ ਨਾ ਪੰਜਾਬ 'ਚ, ਉਹਨਾਂ ਦੇ ਘਰਾਂ 'ਚ ਰੋਟੀ ਨਹੀਂ ਸੀ ਪੱਕੀ, ਕਿਸੇ ਨੇ ਜਸ਼ਨ ਨਹੀਂ ਸੀ ਮਨਾਏ, ਪਰ ਉਹਨਾਂ ਦਾ ਬਹਾਨਾ ਲੈ ਕੇ ਉਹਨਾਂ ਨੇ ਕਿੰਨੇ ਲੋਕਾਂ ਦਾ ਸ਼ਿਕਾਰ ਖੇਡਿਆ। ਉਹ ਤਾਂ ਹੁਣ 1.5 ਲੱਖ ਦੇ ਲਗਭਗ ਕੋਈ ਕਹੀ ਜਾਂਦਾ ਲੱਖ, ਆਪਣੇ ਮਨ 'ਚ ਤਾਂ ਇੱਕ ਜਾਨ ਗਈ ਵੀ ਬਹੁਤ ਇੰਪੋਰਟੈਂਟ ਹੁੰਦੀ ਆ। 68 ਬੰਦੇ ਉਦੋਂ ਬਾਅਦ ਗੁਜਰਾਤ ਦੇ ਵਿੱਚ ਆਪਣੇ ਸਾਹਮਣੇ ਆ, ਗੱਡੀ 'ਚ ਜਾਲੇ ਜਾ ਰਹੇ ਆ, ਉਦੋਂ ਬਾਅਦ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ। ਅਤੇ ਜਦੋਂ ਜੂਸੀ ਬੈਨਰਜੀ ਜਿਹੜਾ ਸੁਪਰੀਮ ਕੋਰਟ ਦਾ ਜੱਜ ਆ, ਉਹ ਜਾ ਕੇ ਇਨਵੈਸਟੀਗੇਟ ਕਰਕੇ ਦੱਸ ਦਿੰਦਾ, ਉਹ ਕਹਿੰਦਾ ਗੱਡੀ ਨੂੰ ਅੱਗ ਅੰਦਰੋਂ ਲੱਗੀ ਸੀ, ਬਾਹਰੋਂ ਨਹੀਂ ਸੀ ਲੱਗੀ। ਇਹਦਾ ਮਤਲਬ ਕੀ ਆ, ਜਿਹੜਾ ਉਹ ਕਰਦਾ ਉਹਦੀ ਸੋਚ ਨਹੀਂ ਚੇਂਜ ਕਰਨੀ, ਉਹ ਸੋਚ ਤਾਂ ਤੁਹਾਡੇ ਟਕਰਾਉਣ ਲਈ ਬਣੀ ਹੋਈ ਆ। ਪਰ ਜਿਹੜੇ ਸਧਾਰਨ ਲੋਕ ਹੁੰਦੇ ਆ ਸਾਰੇ ਪਾਸਿਆਂ ਦੇ,
ਉਹਨਾਂ ਨੇ ਤੈਅ ਕਰਨਾ ਹੁੰਦਾ ਵੀ ਜੇ ਉਹ ਸਮਝਣ ਲੱਗ ਗਏ ਫਿਰ ਸੋਚਾਂ ਨੇ ਜਿੱਤਣਾ ਜਾਂ ਹਾਰਨਾ। ਅਤੇ ਗੁਰੂ ਨਾਨਕ ਸਾਹਿਬ ਦੀ ਧਰਤੀ 'ਤੇ ਸੋਚ ਹਾਰਨ ਲਈ ਬਣੀ ਨਹੀਂ ਹੋਈ, ਕਿਉਂਕਿ ਮਨੁੱਖ ਦਾ ਦੇ ਭਲੇ ਲਈ ਬਣੀ ਆ, ਇਹਦਾ ਆਪਦਾ ਤਾਂ ਕੁਛ ਹੈ ਨਹੀਂ ਗਾ। ਇਹਨੇ ਇਸ ਲਈ ਨਹੀਂ ਵੀ ਮੈਂ ਇਹਦੇ 'ਚੋਂ ਲੋਕਾਂ ਨੂੰ ਐਕਸਪਲਾਇਟ ਕਰਨਾ, ਉਹਨੇ ਤਾਂ ਐਕਸਪਲਾਇਟੇਸ਼ਨ ਦੇ ਉਲਟ 40,000 ਕਿਲੋਮੀਟਰ ਦਾ ਧਰਤੀ 'ਤੇ ਗੇੜਾ ਦਿੱਤਾ, ਆਪਦੀ ਕੋਈ ਰਾਜ ਸੱਤਾ ਬਣਾਉਣ ਲਈ ਨਹੀਂ ਦਿੱਤਾ। ਇੱਥੇ ਹੈਗਾ ਵੀ ਰਾਜ ਸੱਤਾ ਲੈਣ ਦੇ ਲਈ, ਰਾਜ ਸੱਤਾ ਦੇ ਰਹਿਣ ਦੇ ਲਈ ਉਹ ਲੋਕਾਂ ਦਾ ਕਿੰਨਾ ਕੁਛ ਕਤਲੇਆਮ ਕਰ ਸਕਦੇ ਉਹ ਆਪਾਂ ਤੁਸੀਂ ਚਿੱਟੇ ਦਿਨ ਗੁਆ ਜਾਂ ਇਨਫੋਰਮੇਸ਼ਨ ਯੁੱਗ ਆ, ਸੋਸ਼ਲ ਮੀਡੀਆ ਭਰਿਆ ਪਿਆ, ਸਭ ਕੁਛ ਪਤਾ ਵੀ ਲੋਕਾਂ ਨੂੰ ਰਾਜ ਸੱਤਾ ਹਾਸਲ ਕਰਨ ਦੇ ਲਈ ਦਿਨ ਦਿਹਾੜੇ ਆਪਦੇ ਨਾਲ ਦੇ। ਜੇ ਹਰਨ ਪਾਂਡੀਆ ਵਰਗੇ ਗੁਜਰਾਤ ਦੇ ਵਿੱਚ ਹੋਮ ਮਿਨਿਸਟਰ ਉੱਥੋਂ ਦਾ ਮਾਰਿਆ ਜਾ ਸਕਦਾ ਤਾਂ ਫਿਰ ਤਾਂ ਕੋਈ ਵੀ ਮਾਰਿਆ ਜਾ ਸਕਦਾ। ਉਹ ਮਾਰ ਸਕਦੇ ਆ, ਖਰੀਦ ਸਕਦੇ ਆ, ਸਭ ਕੁਛ ਕਰ ਸਕਦੇ ਆ, ਪਰ ਇੱਧਰ ਗੁਰੂ ਨਾਨਕ ਸਾਹਿਬ ਦੀ ਜੇ ਸੋਚ ਦੇ ਧਾਰਨੀ ਹੋ ਗਏ, ਉਹ ਕਹਿੰਦਾ ਤੁਸੀਂ ਕਰ ਹੀ ਨਹੀਂ ਸਕਦੇ, ਤੁਹਾਨੂੰ ਮੈਂ ਇਜਾਜ਼ਤ ਹੀ ਨਹੀਂ ਦਿੰਦਾ। ਜਿਵੇਂ ਤੁਸੀਂ ਕਈ ਵਾਰੀ ਆਪਾਂ ਨੂੰ ਬਹੁਤ ਕੁਐਸਚਨ ਆਉਂਦੇ ਆ ਵੀ ਆਪਾਂ ਸਿੱਖ ਕੌਮ ਵੱਲੋਂ ਕਿਉਂ ਕਰਦੇ ਹਾਂ, ਇਹ ਆਪਾਂ ਮਨੁੱਖਤਾ ਵੱਲੋਂ ਕਿਉਂ ਨਹੀਂ ਕਰਦੇ। ਹੁਣ ਮਨੁੱਖਤਾ ਬੜਾ ਇੱਕ ਲਫ਼ਜ਼ ਪਿਆਰਾ ਲਫ਼ਜ਼ ਆ, ਕਿਸੇ ਸਿਆਣੇ ਦਾ ਮਨੁੱਖਤਾ ਦੇ ਬਾਰੇ ਖਿਆਲ ਬਹੁਤ ਬਹੁਤ ਹੀ ਡਿਫਰੈਂਟ ਡਿਫਰੈਂਟ ਹੋ ਸਕਦਾ। ਚੀਨ ਦੇ ਵਿੱਚ ਬੈਠੇ ਦੇ ਬੰਦੇ ਦਾ ਡਿਫਰੈਂਟ ਹੋਊਗਾ, ਕੋਈ ਇੱਥੇ ਗੋਰਿਆਂ ਦਾ ਡਿਫਰੈਂਟ ਹੋਊਗਾ, ਨੇਟਿਵ ਦਾ ਡਿਫਰੈਂਟ ਆ। ਗੁਰੂ ਨਾਨਕ ਦਾ ਮਨੁੱਖਤਾ ਦਾ ਜਿਹੜਾ ਦਾਇਰਾ ਉਹ 7.5 ਬਿਲੀਅਨ 'ਤੇ ਅੱਜ ਫਿੱਟ ਆ, ਪਰ ਐਵਰੀ ਡੇ ਉਹ ਵੱਧਦਾ ਰਹਿੰਦਾ। ਉਹਨਾਂ ਨੇ ਤੁਹਾਨੂੰ ਕੋਈ ਆਪਸ਼ਨ ਨਹੀਂ ਦਿੱਤੀ ਵੀ ਆਹ ਤੁਸੀਂ ਮਨੁੱਖ ਨੂੰ ਹੇਠ ਕਰਨੇ, ਇਹਨੂੰ ਕਰਨਾ। ਉਹ ਕਹਿੰਦੇ ਨਹੀਂ, ਮਾਨਵ ਕੀ ਜਾਤ ਸਵੇ ਏਕ ਪਹਿਚਾਨ ਵੋ, ਇਹ ਕਹਿੰਦੇ ਮੇਰਾ ਫੈਸਲਾ, ਜੇ ਤੁਸੀਂ ਮੇਰੇ ਵੱਜਣਾ ਅਤੇ ਤੁਸੀਂ ਮੇਰੇ ਬੱਚੇ ਬੱਚੀਆਂ ਵੱਜਣਾ ਫਿਰ ਮੈਂ ਤੁਹਾਡਾ ਦਾਇਰਾ ਮਹਿਦੂਦ ਨਹੀਂ ਕਰਨ ਦੇ ਸਕਦਾ ਤੁਹਾਨੂੰ। ਤਾਂ ਹੀ ਹੈ ਨਾ ਲੰਗਰ 'ਚ ਜਿਹੜਾ ਜਾ ਕੇ ਬਹਿ ਗਿਆ ਭੁੱਖਾ ਚਾਹੀਦਾ, ਕੋਈ ਕੰਡੀਸ਼ਨ ਤਾਂ ਹੈ ਨਹੀਂ। ਪਰ ਇਹਨੂੰ ਲੁਕੋ ਕੇ ਰੱਖਣਾ ਜਾਂ ਆਪਾਂ ਨੂੰ ਵੀ ਰਿਲਾਈਜ਼ ਨਾ ਕਰਨਾ, ਸਵੇਰੇ ਉੱਠਣਾ ਅਸੀਂ ਮਾੜੇ ਅਸੀਂ ਮਾੜੇ, 1,40,000 ਤੋਂ ਵੀ ਵੱਧ ਵੀਰ ਭੈਣ ਜਾਨਾਂ ਬਚਾ ਕੇ ਬੈਠੇ ਆ, ਪਰ ਸਵੇਰੇ ਤੁਸੀਂ ਕਿਸੇ ਦੇ ਮੂੰਹ 'ਚੋਂ ਇਹੋ ਜਿਹਾ ਨਹੀਂ ਲਫ਼ਜ਼ ਲੰਬੋਗੇ, ਅਸੀਂ ਯਾਰ ਗੁੱਡ ਹਾਂ, ਨਹੀਂ ਅਸੀਂ ਮਾੜੇ ਹਾਂ। ਹਰ ਨੁਕਸ ਤੁਹਾਨੂੰ ਆਪਦਾ ਮੂਹਰੇ ਲਿਆ ਕੇ ਤੁਸੀਂ ਉਹਦਾ ਸਾਰਾ ਦਿਨ ਉਹ ਜਾਪ ਕਰਕੇ ਰਾਤ ਨੂੰ ਸੌਂ ਜਾਣਾ, ਫਿਰ ਆਉਣਾ ਸਾਡੇ ਜੀ ਲੀਡਰ ਨਹੀਂ ਚੰਗੇ। ਉਹ ਕਹਿੰਦੇ ਸਾਨੂੰ ਲੀਡਰਾਂ ਦੀ ਲੋੜ ਹੀ ਨਹੀਂ, ਤੁਸੀਂ ਚੰਗਿਆਂ ਦੀ ਗੱਲ ਕਰਦੇ ਹਾਂ, ਸਾਡਾ ਪਾਤਸ਼ਾਹ ਸਾਡਾ ਲੀਡਰ ਆ, ਗੁਰੂ ਸ਼ਬਦ ਸਾਡਾ ਲੀਡਰ ਆ, ਉਹਨੇ 5 ਦਾ ਸਿਧਾਂਤ ਦਿੱਤਾ ਸਾਡਾ ਲੀਡਰ ਆ, ਕਹਿੰਦਾ ਹੋ ਜਾਓ। ਸੋ ਇਸ ਦੇ ਵਿੱਚ ਆ ਜਿਹੜੀ ਕੰਪੇਨ ਆ, ਇਹਨੂੰ ਕੰਪੇਨ ਕਈ ਵਾਰੀ ਕੋਈ ਬਲੱਡ ਨੇਸ਼ਨ ਹੀ ਸਮਝਦਾ, ਕੋਈ ਗੁਰਦੁਆਰਾ ਸਾਹਿਬ ਕੋਈ ਇਹੋ ਜਿਹੇ ਵੀ ਪਰਚ ਵਿੱਚ ਕੋਈ ਪੈਨੀਟ੍ਰੇਟ ਕਿਸੇ 'ਚ ਬਹਿ ਜਾਂਦਾ, ਟਾਵਾਂ ਟੱਲਾ ਮਿਲਦਾ। ਹਾਲਾਂਕਿ ਇਹ 21 ਸਾਲਾਂ ਦੀ ਸਿੱਖ ਕੌਮ ਦੀ ਮਿਹਨਤ ਆ, ਉਹਨਾਂ ਨੂੰ ਨਹੀਂ ਜੇ ਸਿੱਖ ਨੇਸ਼ਨ ਨਹੀਂ ਠੀਕ ਹੈਗਾ। ਹੁਣ ਸਿੱਖ ਗੁਰੂ ਪਾਤਸ਼ਾਹ ਨੇ ਤਾਂ ਸਿੱਖ ਕੌਮ ਬਣਾ ਤੀ, ਹੁਣ ਅਸੀਂ ਉਹਨੂੰ ਕੌਣ ਆ ਜਿਹੜੇ ਤੁਸੀਂ ਮੈਂ ਚੇਂਜ ਕਰ ਸਕਦੇ ਹਾਂ। ਉਹਨੇ ਕਿਹਾ ਵੀ ਮੈਂ ਸਿੱਖ ਕੌਮ ਸਾਜੀ ਆ ਧਰਤੀ 'ਤੇ, ਪਰ ਸਰਬੱਤ ਦੇ ਭਲੇ ਲਈ ਸਾਜੀ ਆ, ਕੋਈ ਦੁਨੀਆ 'ਤੇ ਚੌਧਰੀ ਪਣਾ ਕਰਨ ਲਈ ਨਹੀਂ ਸਾਜੀ। ਅੱਜ ਕੰਪੇਨ ਦੇ ਵਲੰਟੀਅਰ ਕੀ ਕਰਦੇ ਆ, ਉਹ ਜਿਹੜੇ ਵੀਰ ਭੈਣ ਡੋਨਰ ਆਉਂਦੇ ਆ ਉਹਨਾਂ ਦੇ ਪੈਰਾਂ 'ਚ ਰਹਿਣਾ ਚਾਹੁੰਦੇ ਆ, ਉਹਨਾਂ ਦੇ ਸਿਰਾਂ 'ਤੇ ਰਾਜ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਦੱਸਣਾ ਚਾਹੁੰਦੇ ਆ ਮੇਰੇ ਵੀਰੋ ਭੈਣੋ, ਗੁਰੂ ਨੇ ਇੱਕ ਹਥਿਆਰ ਦਿੱਤਾ ਜਿਹੜਾ ਉਹ ਕਹਿੰਦੇ ਪਿਆਰ, ਪਰਮਾਤਮਾ ਨੂੰ ਮਿਲਣ ਦਾ ਜ਼ਰੀਆ ਵੀ ਇਹੀ ਆ, ਅਤੇ ਜੇ ਤੁਸੀਂ ਇਨਸਾਨ ਨਾ ਕਰਨਾ ਕੋਈ ਡਿਫਰੈਂਟ ਹੋ ਹੀ ਨਹੀਂ ਸਕਦਾ। ਜੇ ਪਰਮਾਤਮਾ ਨੂੰ ਮਿਲਣ ਦਾ ਜ਼ਰੀਆ ਪਿਆਰ ਆ ਅਤੇ ਮਨੁੱਖਤਾ ਨੂੰ ਮਿਲਣ ਦਾ ਕਿਹੜਾ ਦੂਜਾ ਹੋਊਗਾ। ਉਹ ਕਹਿੰਦੇ ਨਹੀਂ ਪਿਆਰ, ਪਰ ਉਹ ਜੈਨੂਅਨ ਚਾਹੀਦਾ, ਵਪਾਰਕ ਪਿਆਰ ਨਹੀਂ ਵੀ ਮੇਰਾ ਮਤਲਬ ਨਿਕਲਿਆ ਅਤੇ ਫਿਰ ਮੇਰੇ ਕੋਲ ਠੀਕ ਆ ਵੀ ਕੋਈ ਪਿਆਰ ਪਿਆਰ ਵਾਲੀ ਗੱਲ ਖਤਮ। ਕੀ ਇਹ ਸੰਪੂਰਨ ਤੌਰ 'ਤੇ ਨਹੀਂ, ਕਿਉਂਕਿ ਗੁਰੂ ਪਾਤਸ਼ਾਹ ਨੇ 243 ਸਾਲ ਇਸ ਧਰਤੀ ਦੇ ਉੱਤੇ ਬਿਲਕੁਲ ਤੈਅ ਕਰਕੇ ਦਿਖਾਇਆ ਹੁੰਦਾ। ਕਹਿੰਦੇ ਜਿਹੜੀਆਂ ਚੇਂਜਸ ਨੇ, ਜਿਵੇਂ ਆਪਾਂ ਜਿਵੇਂ ਜਿਹੜੀਆਂ ਚੀਜ਼ਾਂ ਦੇ ਬਹੁਤ ਕਾਰਨ ਨੇ, ਬੜਾ ਲੰਮਾ ਵਿਸ਼ਾ ਵੀ ਅਸੀਂ ਕਿਵੇਂ ਲੂਜ਼ ਕਰਕੇ ਅੱਜ ਜੋ ਕੁਛ ਆਪਾਂ ਨੂੰ ਦਿਸ ਰਿਹਾ ਵੀ ਅਸੀਂ ਹੋ ਗਏ, ਪਰ ਉਹਦੇ 'ਚੋਂ ਹੀ 1,40,000 ਜਾਨਾਂ ਬਚਾ ਕੇ ਉਹ ਲੋਕ ਦੱਸ ਰਹੇ ਨੇ। ਉਹ ਕਹਿੰਦੇ ਕੁਛ ਨਹੀਂ ਗੁਆਚਿਆ, ਜਿਵੇਂ ਕਹਿੰਦਾ ਡੁੱਲੇ ਬੇਰਾਂ ਦਾ ਕੁਛ ਨਹੀਂ ਗੁਆਚਿਆ ਹੁੰਦਾ, ਕਹਿੰਦੇ ਕੁਛ ਨਹੀਂ ਗੁਆਚਿਆ, ਆਲੇ ਦੁਆਲੇ ਪਿਆ, ਰਿਲਾਈਜ਼ ਹੀ ਕਰਨਾ, ਸਿਰਫ ਰਿਲਾਈਜ਼ ਕਰਕੇ ਕਿਸੇ ਨੂੰ ਬਰਦਾਸ਼ਤ ਕਰਨਾ, ਸੋਝੀ ਲਿਆਉਣੀ, ਇਹ ਬਹੁਤ ਜ਼ਰੂਰੀ ਆ। ਨਹੀਂ ਤਾਂ
ਮਾੜੀ ਜਿਹੀ ਗੱਲ 'ਤੇ ਭੁਲੇਖਾ ਪਾਉਣਾ, ਜਿਵੇਂ ਆਪਾਂ ਨੂੰ ਆਮ ਨਹੀਂ ਹੁੰਦਾ, ਨਹੀਂ ਜੀ ਸਾਡੇ ਹੀ ਬਹੁਤ ਮਾੜੇ ਸੀਗੇ, ਇਹ ਲਫ਼ਜ਼ ਤੁਸੀਂ ਆਮ ਸੁਣਦੇ ਆ, ਸਾਡੇ 'ਚ ਐਂ ਕਰਦੇ ਆ, ਸਾਡੇ ਮਾੜੇ। ਉਹ ਜਿਹੜਾ ਛਾਤਰ ਆ ਤੁਸੀਂ ਤੁਹਾਡੇ ਸਾਹਮਣੇ ਅੱਜ, ਮੰਨ ਲਓ ਰੀਸਟੈਂਟ ਅੱਜ ਦੀ ਗੱਲ ਆ, ਕਸ਼ਮੀਰ ਦੇ ਵਿੱਚ ਤੁਸੀਂ ਇਹੋ ਜਿਹੇ ਲਿਆ ਕੇ, ਵਿਦੇਸ਼ਾਂ ਤੋਂ ਲਿਆ ਕੇ ਚਾੜੇ ਹੋਏ ਆ ਉਹ ਜੀ ਰਾਈਟ ਵਿੰਗਰ, ਜਿਵੇਂ ਅੱਜ ਤੁਸੀਂ ਕਿਸੇ ਇਮੀਗ੍ਰੇਸ਼ਨ ਵਾਲੇ ਨੂੰ ਪੁੱਛ ਲਓ, ਵਿਦੇਸ਼ਾਂ ਜਿਹੜੇ ਵੱਸਦੇ ਆਪਣੇ ਪੰਜਾਬੀ ਨੇ, ਵੀ ਜਿਹੜੇ ਤੁਹਾਨੂੰ ਬਿਲਕੁਲ ਬਰਦਾਸ਼ਤ ਨਾ ਕਰਦੇ ਹੁਣ, ਕਹਿੰਦੇ ਉਹਨਾਂ ਨੂੰ ਚਾਹ ਕੇ ਬਾਹਰ ਸਿੱਟ ਦਿਉ। ਯੂਰਪ 'ਚੋਂ ਉਹੋ ਜਿਹੇ MP ਚੁਣ ਚੁਣ ਕੇ ਉਹਨਾਂ ਨੂੰ ਲਿਜਾਣ ਵਾਲਾ ਕੌਣ ਆ? ਮਾਦੀ ਸ਼ਰਮਾ, ਜਿਹੜੀ ਹੈ ਤਾਂ ਮਧੂ ਸ਼ਰਮਾ, ਉਹ ਲਿਜਾ ਕੇ ਉਹਨਾਂ ਨੂੰ ਕਸ਼ਮੀਰ ਦਿਖਾਉਣਾ, ਬਈ ਕਸ਼ਮੀਰ ਤੁਸੀਂ ਕਹਿ ਦਿਉ ਇਹ ਮੁਸਲਮਾਨ ਤਾਂ ਬਹੁਤ ਮਾੜੇ ਨੇ, ਇਹ ਡੇਂਜਰਸ ਨੇ। ਇਹ ਮੈਂ ਤਾਂ ਤੁਹਾਨੂੰ ਇਹਦੇ ਵਿੱਚ ਮੈਂਸ਼ਨ ਕੀਤਾ ਕਿਉਂਕਿ ਜਿਹੜਾ ਸਿੱਖ ਕੰਪੇਨ ਦਾ, ਜਿਹੜੀ ਆ ਸਿੱਖ ਨੇਸ਼ਨ ਦੀ ਕੰਪੇਨ ਆ, ਉਹਦਾ ਮਕਸਦ ਸਿੰਪਲ ਇੰਨਾ ਨਹੀਂ ਵੀ ਜਾਨਾਂ ਬਚਾਤੀਆਂ, ਉਹ ਤਾਂ ਬਹੁਤ ਪਰਪਸਫੁੱਲ ਆ, ਪਰ ਉਦੋਂ ਬਿਨਾਂ ਸਮਝ ਬਣਾਉਣੀ ਚੀਜ਼ਾਂ ਦੀ, ਵੀ ਕਸ਼ਮੀਰ 'ਚ ਕੀ ਹੋ ਰਿਹਾ, ਦੂਜਿਆਂ ਨੂੰ ਕੀ ਕਰ ਦੇਣਗੇ ਉਹ, ਫਿਰ ਆਪਾਂ ਨੂੰ ਇੱਥੇ ਵੀ ਕਰ ਦੇਣਗੇ, ਕਿਉਂਕਿ ਉਹਦਾ ਦਿਮਾਗ ਚੱਲਦਾ। ਉਹਦੇ ਨਾਲ ਰਾਈਟ ਵਿੰਗਰ ਦੇ ਨਾਲ ਰਿਲੇਸ਼ਨਸ਼ਿਪ ਬਣਾਉਣਾ, ਤੁਹਾਨੂੰ ਇੱਥੇ ਬਿਲਕੁਲ ਡਰਾਉਣਾ ਬਣਾ ਕੇ ਦਿਖਾ ਦੇਣਾ, ਤਾਂ ਹੀ ਆਪਣੇ ਕੋਲ ਹੁੰਦਾ ਨਾ। ਜਗਮੀਤ ਸਿੰਘ ਵਰਗੇ ਜਿਹੜੇ ਮੈਂਬਰ ਪਾਰਲੀਮੈਂਟ ਰੀਸੈਂਟਲੀ ਚੁਣੇ ਨੇ, ਉਹ NDP ਦੇ ਲੀਡਰ ਵੀ ਆ, ਉਹਨਾਂ ਨੂੰ ਕੀ ਦੱਸਿਆ ਜਾ ਰਿਹਾ? ਮੈਂਟਲੀ ਰਿਟਾਰਡਡ। ਜੇਕਰ ਆਪਾਂ ਜਾਨਣਾ ਵੀ ਬਚਾਉਂਦੇ ਹਾਂ, ਇਹਨੂੰ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਰੰਗ ਦੇ ਕੇ, ਪਰ ਕੀ ਉਹ ਸਾਰੇ ਆਪਾਂ ਜਿਵੇਂ ਆਪਾਂ ਕਹਿਣੋ ਜਗਦਾ ਨਹੀਂ, ਹਿੰਦੂ ਨਹੀਂ ਹੈਗੇ ਉਹ। ਹਿੰਦੂ ਤਾਂ ਬਹੁਤ ਵਧੀਆ ਵਧੀਆ ਵੀਰ ਭੈਣ ਬੈਠਿਆ, ਰਵੀਸ਼ ਕੁਮਾਰ ਕਰਕੇ ਜਰਨਲਿਸਟ ਆ, ਮੇਰੇ ਵਰਗੇ ਨੂੰ ਚਾਹ ਚੜ੍ਹ ਜੇ ਜਿੱਦਣ ਮੈਨੂੰ ਉਸ ਜੇ ਨੂੰ ਜੱਫੀ ਪਾਉਣ ਦਾ ਮੌਕਾ ਮਿਲ ਜੇ। ਉਹ ਤੁੱਛ ਜੇ ਹੁੰਦੇ ਨੇ, ਉਹ ਲਿਜਾ ਕੇ ਲੋਕਾਂ ਦਾ ਘਾਣ ਵੀ ਕਰਾ ਲੈਂਦੇ ਆ, ਲੋਕਾਂ ਨੂੰ ਧੂੜ ਉਡਾ ਕੇ, ਉਹ ਬਿਲਕੁਲ ਗੁਰਦਾ ਗਵਾਰ 'ਚ ਪਤਾ ਹੀ ਨਹੀਂ ਲੱਗਦਾ ਕੌਣ ਕਿੱਥੇ ਆ, ਇਹ ਬੰਦਾ, ਇਹ ਜਾਨਵਰ ਆ, ਇਹ ਔਰਤ ਆ, ਪਤਾ ਹੀ ਨਹੀਂ ਲੱਗਦਾ ਕੌਣ ਕੀ ਆ। ਪਰ ਜਦੋਂ ਕੋਈ ਸੈਟਲ ਹੋ ਜਾਂਦੀ ਹੈ ਧੂੜ, ਜਿਵੇਂ ਕਿ ਅੱਜ ਆਪਾਂ 21 ਸਾਲਾਂ ਦੇ ਵਿੱਚ ਸਮਾਂ ਪਾ ਕੇ ਜਿਹੜੇ ਲੋਕਾਂ ਨੇ ਆਪਦਾ ਖੂਨਦਾਨ ਕੀਤਾ, ਉਹਨਾਂ ਦੇ ਨਾਲ ਹੌਲੀ ਹੌਲੀ ਧੂੜ ਸੈਟਲ ਹੋ ਰਹੀ ਹੈ, ਬਿਲਕੁਲ ਦਿਸ ਰਿਹਾ ਕੌਣ ਕਿੱਥੇ ਖੜ੍ਹਾ ਕੀ ਕਰਦਾ। ਇਹ ਧੂੜ ਨੂੰ ਸੈਟਲ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ। ਪਰ ਹਾਂ, ਉਹਦੇ 'ਚ ਇੱਕ ਚੀਜ਼ ਜ਼ਰੂਰੀ ਆ, ਜਿਹੜੀ ਮੈਂ ਪਹਿਲਾਂ ਵੀ ਤੁਹਾਨੂੰ ਅਰਜ਼ ਕੀਤੀ ਸੀਗੀ, ਬਈ ਆਪਣੇ ਆਪ ਨੂੰ ਉਹੋ ਜਿਹਾ ਬਣਾਉਣਾ ਜਿਹੜਾ ਗੁਰੂ ਨਾਨਕ ਨੂੰ ਭਾਉਂਦਾ ਹੋਵੇ। ਇਦੋਂ ਬਿਨਾਂ ਕੋਈ ਗੁਜ਼ਾਰਾ ਨਹੀਂ। ਜੇ ਆਪਾਂ ਦੋ ਬਜਰੰਗੀ, ਇੱਕ ਉਹੋ ਜਿਹਾ ਹੀ ਬਣ ਕੇ ਮੈਂ ਵੀ ਉਹਦੇ ਬਰੋਗ ਬਜਰੰਗੀ ਵਾਲਾ ਹੀ ਰੋਲ ਕਰ ਲਿਆ, ਉਹ ਫਿਰ ਕੋਈ ਫਰਕ ਨਹੀਂ, ਲੋਕਾਂ ਨੂੰ ਕੋਈ ਫਰਕ ਨਹੀਂ ਹੈਗਾ। ਉਹ ਪਹਿਲਾਂ ਲੋਕ ਉਹਨਾਂ ਨੂੰ ਭੁਗਤ ਰਹੇ ਨੇ, ਫਿਰ ਤੁਹਾਨੂੰ ਭੁਗਤ ਲੈਣਗੇ। ਕਹਿੰਦੇ ਪਰ ਜੇ ਗੁਰੂ ਨਾਨਕ ਦੇ ਸੋਚ ਦੇ ਧਾਰਨੀ ਹੋ ਕੇ ਤੁਰੋਂਗੇ ਪ੍ਰੈਕਟੀਕਲੀ, ਫਿਰ ਉਹ ਮਨੁੱਖਤਾ ਦਾ ਸਾਹ ਲਊਗੀ। ਇਹ ਗੁਰੂ ਨਾਨਕ ਸਾਹਿਬ ਦਾ ਸੰਕਲਪ ਆ ਇਸ ਧਰਤੀ ਦੇ ਉੱਤੇ। ਐਂ ਨਹੀਂ ਹੋਪ ਕਰ ਲਈ ਜੇ, ਇਹੋ ਜਿਹਾ ਨਹੀਂ ਹੈਗਾ। ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ ਇੱਕ ਨਿਸ਼ਚਾ ਕਰਕੇ, ਅਦਰਵਾਈਜ਼ ਤਾਂ ਕੋਈ ਬੰਦਾ 100-10 ਕਿਲੋਮੀਟਰ ਤੁਰਦਾ ਨਹੀਂ ਹੈਗਾ। ਉਹਨਾਂ ਨੇ ਆਪਦਾ ਪਰਿਵਾਰ ਸਭ ਕੁਛ ਆਪਦੀ ਆ ਜਿਹੜੀ ਕੈਰੀਅਰ ਛੱਡ ਕੇ 40,000 ਕਿਲੋਮੀਟਰ ਦਾ ਗੇੜਾ ਹੀ ਨਹੀਂ ਦਿੱਤਾ ਧਰਤੀ 'ਤੇ। ਉਹਨਾਂ ਨੇ ਉਹਨੂੰ 243 ਸਾਲ ਫਿਰ ਚਲਾਇਆ ਵੀ, ਤਵੀ 'ਤੇ ਵੀ ਬੈਠੇ, ਗਲ ਵੀ ਲਹਾ ਲਿਆ, ਸਾਰਾ ਕੁਛ ਹੋ ਗਿਆ। ਫਿਰ ਉਹਨਾਂ ਨੂੰ ਇਗਜ਼ਾਮਪਲਾਂ ਦੇ ਕੇ ਤੁਹਾਨੂੰ ਕਹਿਤਾ। ਇਹ ਨਹੀਂ ਹੈਗਾ ਵੀ ਅਸੀਂ ਰਾਮਲੀਲਾ ਵਾਂਗੂ ਉਹਨਾਂ ਨੂੰ ਇਹ ਦੇਖੀ ਜਾਣਾ, ਅਸੀਂ ਕਹਿਣਾ ਹਾਂਜੀ ਅਸੀਂ ਦੇਖ ਕੇ ਖੁਸ਼ ਹੋ ਰਹੇ ਹਾਂ ਜਾਂ ਤਾੜੀ ਮਾਰ ਰਹੇ ਹਾਂ। ਉਹ ਕਹਿੰਦੇ ਨਹੀਂ, ਤੁਹਾਨੂੰ ਮੈਂ ਦੱਸਤਾ ਨਿਰੰਤਰ ਤੁਰੋ, ਇਹੀ ਕੰਪੇਨ ਦਾ ਮਕਸਦ ਆ। ਉਹ ਕਹਿੰਦੇ ਦਾਤਾ ਸਾਨੂੰ ਨਾ 1984 ਤੋਂ ਪਹਿਲਾਂ ਪਤਾ ਨਹੀਂ ਸੀਗਾ, ਹੁਣ ਅਸੀਂ ਤੁਰਾਂਗੇ। ਇਹ ਉਸ ਉਹ ਜਿਹੜੀ ਸੋਚ ਵਾਲੇ ਦੇ ਧਾਰਨੀਆਂ ਨੂੰ ਦੱਸਦੇ ਹਾਂ, ਹੁਣ ਅਸੀਂ ਨਿਰੰਤਰ ਤੁਰਾਂਗੇ, ਅਸੀਂ ਤੁਰਾਂਗੇ, ਅਸੀਂ ਮਰ ਜਾਂਗੇ, ਸਾਡੇ ਬੱਚੇ ਗਾਹਾਂ ਆਉਂਦੇ ਨਾਲ। ਤੁਸੀਂ ਕੰਪੇਨ ਦੇ ਦੌਰਾਨ, ਚਾਹੇ ਉਹ ਵਿਰੋਧੀ ਆ, ਅਸੀਂ ਉਹਨੂੰ ਵੀ ਬੇਨਤੀ ਕਰਦੇ ਜਿਹੜੇ ਉਹ ਸੋਚ ਨੂੰ ਠੀਕ ਸਮਝਦੇ ਆ, ਉਹ ਆ ਕੇ ਦੇਖਣ, ਉਹ ਲੋਕਾਂ ਤੋਂ ਸਮਝਣ ਦਾ ਯਤਨ ਕਰਨ। ਜੇ ਸਾਡੇ ਕੁਛ ਮੇਰੇ ਵਰਗੇ ਹੋਣਗੇ ਚਿੱਟ ਦਾੜੀਏ, ਜਿਹੜੇ ਕਿਸੇ ਵੇਲੇ ਜਦੋਂ ਕੰਪੇਨ ਸ਼ੁਰੂ ਹੁੰਦੀ ਹੁੰਦੀ, ਚਿੱਟੀਆਂ ਵਾਲੇ ਨਹੀਂ ਸੀਗੇ, ਇਹ ਕਾਲੀਆਂ ਵਾਲੇ ਸੀਗੇ। ਅੱਜ ਹੋਰ ਵੀਰ ਭੈਣ ਜੁੜ ਕੇ ਅਤੇ ਛੋਟੇ ਛੋਟੇ ਬੱਚੇ ਇਹਨੂੰ ਫੰਗਾਂ 'ਤੇ ਲੈ ਕੇ ਉੱਡਣਗੇ, ਅਤੇ ਮਿਲੀਅਨ ਜਿਹੜੀਆਂ ਲੋਕਾਂ ਦੀਆਂ ਜਾਨਾਂ ਬਚਾ ਕੇ ਸੁਰਖਰੂ ਹੋਣਗੇ, ਪਲੱਸ ਉਹ ਮਨੁੱਖਤਾ 'ਚ ਇੱਕ ਆਸ ਪੈਦਾ ਕਰਨਗੇ। ਉਹ ਸੰਜੀਵ ਭੱਟ ਵਰਗਿਆਂ ਨੂੰ ਜਿਹੜੇ ਕਾਲ ਕੋਠੜੀਆਂ 'ਚ ਡੱਕਤੇ, ਉਹਨਾਂ ਲਈ ਇੱਕ ਉਹ ਚਾਨਣ ਦਾ ਮਨਾਰਾ ਬਣਨਗੇ। ਇਹ
ਵੱਡਾ ਮਕਸਦ ਆ ਕੰਪੇਨ ਦਾ, ਕਿਉਂਕਿ ਜਦੋਂ ਵੀ ਤੁਸੀਂ ਲਾਓ ਕਿਸੇ ਬੰਦੇ ਨੂੰ, ਪਹਿਲੂ ਖਾਨ ਨੂੰ ਲੂਹਿਆ ਜਾ ਰਿਹਾ, ਉਹਨੂੰ ਸੜਕਾਂ 'ਤੇ ਵਿਚਾਰੇ ਨੂੰ ਮਾਰਿਆ ਜਾ ਰਿਹਾ, ਉਹ ਪਾਣੀ ਮੰਗਦਾ, ਪਾਣੀ ਦਿੱਤਾ ਨਹੀਂ ਜਾਂਦਾ, ਉਹਦੇ ਪਿਸ਼ਾਬ ਮੂੰਹ 'ਚ ਪਾ ਦਿੱਤਾ ਜਾਂਦਾ। ਪਰ ਇਹ ਹਿਸਟਰੀ ਆਪਣੇ ਨਾਲ ਹੋਈ ਆ, ਗੁਜਰਾਤ 'ਚ ਵੀ ਹੋਈ ਸੀ, ਹੁਣ ਪਰ ਆਪਣੇ ਸੋਸ਼ਲ ਮੀਡੀਆ 'ਤੇ ਆਪਾਂ ਦੇਖਦੇ ਹਾਂ। ਉਹ ਦੇਖਦੇ ਹੋਏ ਮਨ 'ਚ ਬਹੁਤ ਚੀਸ ਉੱਠਦੀ ਆ। 2 ਮਹੀਨਿਆਂ ਦਾ ਵਿਆਹਿਆ ਹੋਇਆ ਬੰਦਾ ਵਿਚਾਰਾ ਸਾਰੀ ਰਾਤ ਕੁੱਟਿਆ ਜਾ ਰਿਹਾ, ਫਿਰ ਉਹਨੂੰ ਲਿਜਾ ਕੇ ਪੁਲਿਸ ਦੇ ਵਿੱਚ ਡੱਕਿਆ ਜਾ ਰਿਹਾ, ਉਹਨੂੰ ਕੇਅਰ ਨਹੀਂ ਹੁੰਦੀ, ਅਤੇ ਉਹਦੀ ਵਿਧਵਾ ਵਿਚਾਰੀ ਅੱਜ ਕੀ ਕਹਿੰਦੀ ਆ, ਮੇਰਾ ਖੋ ਲਿਆ ਤੁਸੀਂ? ਕੀ ਇੱਕ ਇਹ ਗੇਮ ਦੇ ਵਿੱਚ ਕੀ ਆ? ਇਹ ਗੇਮ ਦੇ ਵਿੱਚ ਉਹ ਮੁਗਲਾਂ ਦੇ ਜ਼ੁਲਮ ਤੋਂ ਕਿਤੇ ਹੀ ਉੱਤੇ ਚਲੇ ਗਏ। ਇਹਨਾਂ ਨੂੰ ਤਾਂ ਸਮਝਣਾ ਆਉਣਾ ਚਾਹੀਦਾ ਸੀ ਕਿ ਇਹਨਾਂ ਦੇ ਆਪਦੇ ਅੱਤਿਆਚਾਰ ਹੋਏ ਸੀਗੇ, ਪਰ ਇਹਨਾਂ ਦਾ ਜਿਹੜਾ ਅੱਤਿਆਚਾਰ ਆ ਉਹ ਮੁਗਲ ਦਾ ਜ਼ਾਲਮ ਸੀਗੇ। ਇਹ ਕਮੀਨੇ ਹੋ ਨਿਬੜੇ, ਇਹ ਕਮੀਨਾ ਪਾਣਾ ਜਿਹੜਾ ਸਿੱਖ ਨੂੰ, ਹੁਣ ਤੁਸੀਂ ਦੇਖਿਆ ਹੀ ਆ ਸਿੱਖ ਲੀਡਰਸ਼ਿਪ ਜਿਹੜੀ ਸੋ ਕਾਲਡ ਜਿਹੜੀ ਉੱਥੋਂ ਦੀ ਆ ਉਹ ਇਹਨਾਂ ਦੀ ਜੇਬਾਂ 'ਚ ਆ, ਪਰ ਲੋਕ ਨਹੀਂ ਹੈਗੇ। ਜਿਵੇਂ ਹੁਣ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਉਹ ਚੀਜ਼ ਨੂੰ, ਆਪ ਹੰਡਾਇਆ ਜੋ ਤੁਸੀਂ ਉਹ ਮਹਿਸੂਸ ਕੀਤਾ, ਤੁਸੀਂ ਖੁਦ ਕੀਤਾ ਉੱਥੇ, ਪਰ ਅਗਲੀ ਜਿਹੜੀ ਹੁਣ ਨਵੀਂ ਪਨੀਰੀ ਹੈ, ਅਗਲੀ ਨਵੀਂ ਪੀੜ੍ਹੀ ਹੈ, ਉਹਨੂੰ ਉਹ ਗੱਲਾਂ ਦੱਸੀਆਂ ਜਾਂਦੀਆਂ ਨੇ, ਉਹ ਕੋਰੇ ਕਾਗਜ਼ ਨੇ, ਉਹਨਾਂ ਨੂੰ ਜੋ ਦੱਸਿਆ ਜਾਂਦਾ, ਜੋ ਉਹਨਾਂ ਨੂੰ ਉਹਦਾ ਪਰਿਵਾਰ ਦੱਸੇਗਾ ਉਹੀ ਸਮਝਦੇ ਨੇ, ਉਹੀ ਉਹਨਾਂ ਨੂੰ ਸੱਚ ਲੱਗਦਾ। ਅਤੇ ਫਿਰ ਉੱਥੇ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਉਹਨਾਂ ਦੇ ਅੰਦਰ ਇੱਕ ਨਫ਼ਰਤ ਦੀ, ਗੁੱਸੇ ਦੀ ਜਿਹੜੀ ਭਾਵਨਾ ਪੈਦਾ ਹੋ ਰਹੀ ਹੈ, ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ? ਕੀ ਉਹਨੂੰ ਸਹੀ ਦਿਸ਼ਾ ਮਿਲ ਰਹੀ ਹੈ? ਬਿਲਕੁਲ, ਤੁਸੀਂ ਸਹੀ ਕਿਹਾ। ਜਿਵੇਂ ਮੈਨੂੰ ਅੱਜ ਹੀ ਕੰਪੇਨ ਦੇ ਫੋਨ 'ਤੇ ਇੱਕ ਭੈਣ ਦਾ ਫੋਨ ਆਉਂਦਾ, ਉਹ ਕਹਿੰਦੇ ਵੀਰੇ ਮੈਂ ਬਹੁਤ ਸਾਲਾਂ ਤੋਂ ਸੋਚਦੀ ਹੁੰਦੀ ਸੀ, ਅੱਜ ਮੈਂ ਕਿਸੇ ਆਪਦੇ ਬੱਚੇ ਦੇ ਬਰਥਡੇ ਲਈ ਕਿਤੋਂ ਕੇਕ ਲੈਣ ਗਈ ਅਤੇ ਉੱਥੇ ਮੈਂ ਪੋਸਟਰ ਦੇਖਿਆ ਅਤੇ ਮੈਂ ਬਲੱਡ ਦਊਂ। ਮੈਂ ਕਿਹਾ ਭੈਣੇ ਆ ਤਾਂ ਬਹੁਤ ਬਹੁਤ ਚੰਗੀ ਗੱਲ ਆ ਵੀ ਜੇ ਤੁਸੀਂ ਬਲੱਡ ਦਵੋਗੇ। ਫਿਰ ਮੈਂ ਉਹਦੇ ਨਾਲ ਆਹੀ ਜਿਹੜੀਆਂ ਚੀਜ਼ਾਂ ਆਪਾਂ ਗੱਲਾਂ ਕਰਦੇ ਸ਼ੇਅਰ ਕੀਤੀ ਵੀ ਸਿਰਫ ਬਲੱਡ ਡੋਨੇਸ਼ਨ ਨਹੀਂ। ਉਹ ਕਹਿੰਦੇ ਵੀਰੇ ਮੇਰਾ 16 ਸਾਲ ਦੀ ਮੇਰੀ ਬੱਚੀ ਆ, ਉਹ ਕਹਿੰਦੀ ਯਕੀਨ ਕਰੋ ਮੈਨੂੰ ਨਹੀਂ 84 ਬਾਰੇ ਉਨਾ ਪਤਾ ਜਿੰਨਾ ਉਹਨੂੰ ਪਤਾ। ਉਹ ਜਿਹੜਾ ਇਹ ਪ੍ਰੋਸੈਸ ਆ ਉਹਦੇ ਵਿੱਚ ਪਰ ਪਤਾ ਕੀ ਲੱਗਣਾ, ਦੇਖੋ ਜੇ ਤਾਂ ਤੁਸੀਂ ਦੁੱਖ ਦੇ ਵਿੱਚ ਕਰਿਆ, ਦੁੱਖ 'ਚ 2 ਚੀਜ਼ਾਂ ਆਉਂਦੀਆਂ ਹੁੰਦੀਆਂ, ਇੱਕ ਆਉਂਦੀ ਹੁੰਦੀ ਆ ਟੋਟਲ ਨਿਰਾਸ਼ਾ ਫਰਸਟ੍ਰੇਸ਼ਨ, ਇੱਕ ਆਉਂਦਾ ਤਾਂ ਗੁੱਸਾ। ਪਰ ਜੇ ਇਸ ਕੰਪੇਨ ਦਾ ਮਕਸਦ ਦੋਨਾਂ ਤੋਂ ਛੁਟਕਾਰਾ ਦੇਣ ਦਾ ਰਾਹ ਇੱਕ ਉਹ ਹੈਗਾ ਵੀ ਤੁਸੀਂ ਆਪਣੇ ਆਪ 'ਚ ਰਿਜ਼ੋਲਵ ਲੈ ਕੇ ਆਓ, ਦੋਨਾਂ ਨਾਲ ਕੱਖ ਨਹੀਂ ਨਿਬੜਨਾ। ਗੁੱਸਾ ਕਰੋਗੇ ਕਿਸੇ ਨੂੰ ਵਿਕਟਮ ਬਣਾਓਗੇ, ਇੱਥੇ ਵਿਕਟਮ ਬਣਾਉਣ ਦਾ ਨਹੀਂ, ਇਹ ਤਾਂ ਉਹ ਜਿਹੜੀ ਸੋਚ ਦਾ ਧਾਰਨੀ ਆ ਉਹਦੇ ਨੱਥ ਪਾਉਣ ਦਾ ਇੱਕ ਤਰੀਕਾ। ਜਦੋਂ ਲੋਕ ਮਿਲੀਅਨ ਦੇ ਵਿੱਚ ਖੜ ਜਾਂਦੇ ਹੁੰਦੇ ਆ ਇਹਨਾਂ ਨੂੰ ਰਾਹ ਨਹੀਂ ਲੱਭਦੇ ਹੁੰਦੇ, ਇਹ ਤੈਅ ਆ ਇਹ ਹੋਊਗਾ। ਇਹ 'ਚ ਗਦਾਫੀ ਵਰਗਿਆਂ ਨਾਲ ਹੋਇਆ ਹੋਇਆ, ਹੋਰਾਂ ਨਾਲ ਵੀ ਹੋਇਆ, ਇਤਿਹਾਸ ਪਿਆ। ਪਰ ਭਾਰਤ ਵਾਲੇ ਖਿੱਤੇ ਦੇ ਵਿੱਚ ਲੋਕ ਵੰਡੇ ਬਹੁਤ ਹੋਇਆ, ਬੜੀ ਡਿਫਰੈਂਟ ਡਿਫਰੈਂਟ ਥਾਂ 'ਤੇ ਵੰਡਿਆ। ਮਦਰਾਸੀਆਂ ਦਾ ਪੰਜਾਬੀਆਂ ਨਾਲ ਵਿਚਾਰਿਆਂ ਨਾਲ ਕੋਈ ਹੈ ਨਹੀਂ ਗਾ, ਬੰਗਾਲੀ ਆਪਦੀ ਥਾਂ 'ਤੇ ਤੰਗ ਨੇ, ਉਹ ਲੋਕਾਂ ਨੇ ਨਜਿੱਠ ਲੈਣਾ। ਪਰ ਆਪਣੇ ਕੋਲ ਇੱਡੀ ਸਮਰੱਥਾ ਨਹੀਂ ਹੁੰਦੀ, ਆਪਾਂ ਤਾਂ ਲੈਂਗੁਏਜ ਨਹੀਂ ਉਹਨਾਂ ਦੀ ਸਮਝਦੇ, ਉਹ ਆਪਣੀ ਨਹੀਂ ਸਮਝਦੇ, ਨਾ ਆਪਣਾ ਦਰਦ ਉਹਨਾਂ ਨੇ 84 'ਚ ਸਮਝਿਆ ਸੀਗਾ ਨਾ ਬਾਅਦ 'ਚ ਸਮਝਿਆ। ਉਹ ਤਾਂ ਵਿਚਾਰੇ ਆਪਦਾ ਜੇ ਬਾਰਡਰ ਦੇ ਉੱਤੇ ਪ੍ਰੋਬਲਮ ਆਉਂਦੀ ਆ ਪੰਜਾਬੀਆਂ ਨੂੰ ਆਉਂਦੀ ਹੁੰਦੀ ਆ, ਉਹ ਤਾਂ ਵਿਚਾਰੇ ਆਰਾਮ ਨਾਲ ਬੈਠੇ ਹੁੰਦੇ ਆ। ਸੋ ਇਸ ਕਰਕੇ ਆਪਣਾ ਜਿਹੜਾ ਮਕਸਦ ਆ ਕੰਪੇਨ ਦੇ ਤੌਰ 'ਤੇ ਆਪਦੇ ਵੀਰਾਂ ਭੈਣਾਂ ਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਰਿਲਾਈਜ਼ ਕਰਾਉਣ ਦਾ, ਅਤੇ ਗੁਰੂ ਨਾਨਕ ਸਾਹਿਬ ਤੁਹਾਨੂੰ ਅਲਾਓ ਹੀ ਨਹੀਂ ਕਰਦੇ ਵੀ ਤੁਸੀਂ ਨਫ਼ਰਤ ਕਰੋ ਕਿਸੇ ਨਾਲ। ਉਹਦੇ ਵਿੱਚ ਕੀ ਆ, ਉਹ ਨਫ਼ਰਤ ਨਾਲ ਨਹੀਂ ਹੈਗਾ, ਉਹ ਐਕਸ਼ਨ ਹਮੇਸ਼ਾ ਸਿੱਖ ਦਾ ਜੋਵੇਂ ਵੀ ਵਿਚਰਦਾ ਉਹਨੇ ਪਿਆਰ ਦੇ ਨਾਲ ਵਿਚਰਨਾ, ਇਹ ਤੈਅ ਆ। ਪਰ ਜਿਹਦੇ 'ਚ ਪਿਆਰ ਹੈ ਨਹੀਂ, ਕਿਉਂਕਿ ਡਿਬੇਟਾਂ 'ਚੋਂ ਹੀ ਸੁਣਿਆ ਨਹੀਂ ਹੁੰਦਾ, ਕਰਿਆ ਨਹੀਂ ਹੁੰਦਾ, ਸਰਕਾਰੀ ਜੇ ਝੁਕਾ ਹੁੰਦਾ, ਡਰੇ ਜੇ ਲੋਕ ਹੁੰਦੇ ਆ, ਉਹ ਐਂ ਗੱਲਾਂ ਕਰੀ ਜਾਂਦੇ ਆ। ਜੇ ਇਸ ਕੰਪੇਨ ਦੇ ਵਿੱਚ ਇੱਕ ਵੀ ਮੈਨੂੰ 21 ਸਾਲਾਂ ਦੇ ਵਿੱਚ ਕੋਈ ਇਹੋ ਜਿਹੇ ਵਲੰਟੀਅਰ ਨਹੀਂ ਮਿਲ ਰਹੇ, ਅਤੇ ਡੋਨਰਾਂ 'ਚ ਤਾਂ ਆਉਂਦਾ ਹੀ ਨਹੀਂ। ਭੈਣੇ ਛੋਟੀ ਭੈਣ, ਗੱਲ ਇਹ ਆ ਵੀ ਤੁਸੀਂ ਸੰਭਵ ਆ ਕਦੇ ਵੀ ਕੋਈ ਬੰਦਾ ਕਿਸੇ ਦੀ ਜਾਨ ਬਚਾਵੇ ਦੇ ਮਨ 'ਚ ਨਫ਼ਰਤ ਹੋਵੇ? ਉਹ ਹੁੰਦੇ ਹੀ ਨਹੀਂ। ਸੋ ਇਸ ਕਰਕੇ ਜਿਹੜਾ ਉਹ ਜਿਹੜਾ ਪਾਰਟ ਆ ਉਹ ਤਾਂ ਓਵਰ ਨੇ, ਉਹ ਸੀਗਾ ਪਹਿਲਾਂ, ਫਰਸਟ੍ਰੇਸ਼ਨ ਵੀ ਸੀ, ਉਦਾਸੀ ਸੀਗੀ ਅਤੇ ਗੁੱਸਾ ਵੀ ਸੀਗਾ। ਹੁਣ ਤੁਹਾਨੂੰ ਕਲੈਰਿਟੀ ਆ ਜਾਂਦੀ ਹੈ, ਜਿਵੇਂ ਮੈਂ ਤੁਹਾਨੂੰ ਮੋਦੀ ਬਾਰੇ ਜਾਂ ਦੂਜਿਆਂ ਬਾਰੇ ਆਪਾਂ ਗੱਲਾਂ ਕਰਦੇ ਹਾਂ, ਸਾਨੂੰ ਤਾਂ ਟਾਈਟਲਰ 2 ਨਾ ਫਸਾ ਤੇ ਵੀ ਜੀ, ਜੇ ਫਾਏ ਲੱਗ ਗਏ ਆਪਣਾ ਸਾਰਾ ਇਨਸਾਫ ਹੋ ਗਿਆ, ਆਪਣੀ ਤਾਂ ਤੈਅ ਹੀ ਉੱਥੇ ਕਰਤੀ ਸੀਗੀ। ਇਸ ਕਰਕੇ ਉਹਦੇ ਤੋਂ ਸਿੱਖ ਕੌਮ ਬਿਆਉਂਡ ਆ, ਤੁਹਾਡੇ ਹਜ਼ਾਰਾਂ ਬੰਦਿਆਂ ਦਾ ਕਤਲ ਹੋ ਜਾਵੇ, 4 ਬੰਦਿਆਂ ਦੇ ਨਾਂ ਤੁਸੀਂ ਲਈ ਫਿਰੋ, ਉਹ ਤਾਂ ਕੋਈ ਬੜੀ ਗਿਣੀ ਮਿੱਥੀ ਸਾਜਿਸ਼ ਆ, ਜਿਹ 'ਚ ਮੀਡੀਆ ਲਾ ਲਓ, ਅੱਜ ਤੱਕ ਤਾਂ ਰਾਇਟਸ ਕਹੀ ਜਾਂਦੇ ਆ, ਉੱਥੋਂ ਦੀ ਜੁਡੀਸ਼ਰੀ
ਜਿਹੜੀ ਛੋਟੇ ਛੋਟੀਆਂ ਚੀਜ਼ਾਂ 'ਤੇ ਸੋ ਮੋਟਸ ਨੋਟਿਸ ਲੈ ਕੇ ਉਹ ਫੈਸਲੇ ਕਰ ਦਿੰਦੇ ਆ। ਪਰ ਇੱਥੇ ਤਾਂ ਉਹਨਾਂ ਨੇ ਜਲਾਲਤ ਦਿੱਤੀ ਹੋਈ ਆਪਣੀਆਂ ਭੈਣਾਂ ਜਿਹੜੀਆਂ ਵਿਧਵਾ ਕਲੋਨੀ ਬਣਾ ਕੇ ਬਹਾਈਆਂ ਨੇ। ਉਸ ਕਰਕੇ ਜ਼ਰੂਰ ਆ ਇਹਨੂੰ ਸਮਝਣ ਦੀ ਆ ਵੀ ਜਿਹੜਾ ਆਪਣੇ ਕੋਲ ਜ਼ਰੀਆ ਬਣਿਆ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੇ 'ਤੇ ਇੱਕ ਮਿਹਰ ਕੀਤੀ, ਅਕਾਲ ਪੁਰਖ ਨੇ ਇੱਕ ਖੇਡ ਖੇਡੀ ਜਿਹਨੇ 84 ਦੇ ਵਿੱਚ ਉਹ ਇੱਕ ਇਹੋ ਜਿਹਾ ਝਟਕਾ ਦਿੱਤਾ। ਪਰ ਅਸੀਂ ਉਹ ਝਟਕਾ ਬਹੁਤ ਮਹਿੰਗਾ ਪਿਆ ਆਪਾਂ ਨੂੰ, ਪਰ ਹੁਣ ਆਪਾਂ ਨੂੰ ਅਜਾਈ ਨਹੀਂ ਜਾਣ ਦੇਣਾ। ਉਹਦੇ 'ਚ ਆਪਣਾ ਜਿਹੜੀ ਡਿੱਗੀ ਹੋਈ ਕੌਮ ਜਿਹੜੀ ਆਪਣੇ ਆਪ ਨੂੰ ਸਮਝ ਲੱਗੀ ਸੀਗੀ, ਜਿਵੇਂ ਆਪਾਂ ਨੂੰ ਦੱਸਿਆ ਜਾਂਦਾ 25 ਧਾਰਾ 'ਚੋਂ ਸਾਡੇ 'ਚੋਂ ਹੀ ਆ, ਉਹ ਕਹਿੰਦਾ ਅਸੀਂ ਤਾਂ ਕਾਸੇ 'ਚੋਂ ਨਹੀਂ, ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਬੱਚਿਆਂ ਕਰਕੇ ਸਾਨੂੰ ਦੱਸਿਆ ਵੀ ਸਾਡੀ ਇੱਥੇ ਡਿਊਟੀ ਆ ਭਾਈ, ਅਸੀਂ ਤਾਂ ਤੁਹਾਡੇ ਚੁੰਗਲ 'ਚੋਂ ਅੱਜ ਵਿਚਾਰੇ ਉਹ ਜਿਹੜੇ ਮਜ਼ਲੂਮ ਨੇ, ਦਲਿਤ ਨੇ, ਦੂਜੇ ਨੇ ਜਿਨ੍ਹਾਂ ਤੋਂ ਸ਼ਿਕਾਰ ਖੇਡਿਆ, ਅਸੀਂ ਤੁਹਾਡੇ ਚੁੰਗਲ 'ਚੋਂ ਬਚਾਉਣਾ, ਤੁਸੀਂ ਕਹਿੰਦੇ ਸਾਡੇ 'ਚੋਂ ਆ, ਅਸੀਂ ਕਾਸੇ 'ਚੋਂ ਨਹੀਂ, ਅਸੀਂ ਤਾਂ ਮਨੁੱਖਤਾ 'ਚ ਹਾਂ, ਅਸੀਂ ਇਹਦੇ 'ਚ ਹੀ ਰਹਿਣਾ, ਤੁਹਾਡੇ ਨਾਲ ਵੀ ਕੋਈ ਨਫ਼ਰਤ ਨਹੀਂ ਹੈਗੀ। ਪਰ ਤੁਹਾਡੇ ਐਕਸ਼ਨਾਂ ਦੇ ਨਾਲ ਬਹੁਤ ਜ਼ਿਆਦਾ ਸਾਨੂੰ ਤਕਲੀਫ ਹੁੰਦੀ ਆ, ਇਹ ਤੈਅ ਆ, ਇਹ ਮੈਂ ਨਹੀਂ ਕਹਿਣਾ, ਇਹ ਤੁਸੀਂ ਦੇਖੋਗੇ ਆਮ ਸਧਾਰਨ ਸਿੱਖ ਜਿਹੜਾ ਕਈ ਵਾਰ ਸੋਸ਼ਲ ਮੀਡੀਆ 'ਤੇ ਉਹ ਉੱਠ ਕੇ ਆਉਂਦਾ ਨਹੀਂ ਗਾ, ਉਹ ਵਿਚਾਰਾ ਕਹਿੰਦਾ ਯਾਰ ਨਹੀਂ ਨਹੀਂ ਆਹ ਮਾੜੀ ਗੱਲ ਆ, ਗਾਂ ਦੇ ਲਈ, ਗਾਂ ਦੇ ਨਾਲ ਤਾਂ ਸਾਨੂੰ ਪਿਆਰ ਆ, ਕੋਈ ਪੰਜਾਬੀ ਤੁਸੀਂ ਕੱਢੋ ਜਿਹਨੂੰ ਗਾਂ ਨਾਲ ਪਿਆਰ ਨਾ ਹੋਵੇ, ਮੈਨੂੰ ਕੁਛ, ਉਹ ਕਹਿੰਦਾ ਮੈਂ ਤਾਂ ਮੱਝ ਨਾਲ ਵੀਰ ਉਨਾ ਹੀ ਪਿਆਰ ਕਰਦਾ, ਉਹ ਕਹਿੰਦਾ ਪਰ ਮੈਂ ਤੁਸੀਂ ਗਾਂ ਦੇ ਨਾਂ 'ਤੇ ਲੋਕਾਂ ਦਾ ਸ਼ਿਕਾਰ ਖੇਡੋਗੇ, ਇਹ ਮੇਤੋਂ ਮੇਰਾ ਗੁਰੂ ਇਜਾਜ਼ਤ ਨਹੀਂ ਦਿੰਦਾ। ਅਤੇ ਇਸ ਨੂੰ ਲੈ ਕੇ ਅਤੇ ਫਿਰ ਹੁਣ ਤੁਸੀਂ ਜਿਹੜੀ ਇਹ ਲਹਿਰ ਸ਼ੁਰੂ ਕੀਤੀ ਅਤੇ ਇਸ ਲਹਿਰ ਦੇ ਨਾਲ ਜਿੰਨੇ ਵੀ ਮੈਂਬਰ ਹੋਰ ਜੁੜੇ ਹੋਏ ਨੇ ਅਤੇ ਉਹ ਅੱਗੇ ਕਿੰਨੀ ਜ਼ਿਆਦਾ ਉਹਦੇ ਨਾਲ ਅੱਗੇ ਵੱਧਦੇ ਜਾ ਰਹੇ ਨੇ ਅਤੇ ਉਮਰ ਵਰਗ ਨੂੰ ਲੈ ਕੇ ਜੇ ਬੱਚਿਆਂ ਨੂੰ ਲੈ ਕੇ ਅਤੇ ਉਹਨਾਂ ਦੇ ਅੰਦਰ ਜਿਹੜੀ ਉਹ ਪਿਆਰ ਦੀ ਭਾਵਨਾ, ਪਿਆਰ ਦੇ ਨਾਲ ਉਹਨਾਂ ਨੂੰ ਲੋਕਾਂ ਨੂੰ ਅੱਗੇ ਡੀਲ ਕਰਨਾ ਸਿਖਾਇਆ ਜਾ ਰਿਹਾ ਕਿਸ ਤਰ੍ਹਾਂ, ਅਤੇ ਕਿਹੜੇ ਕਿਹੜੇ ਐਵੇਂ ਹੈ ਕਿ ਸਿਰਫ ਇਹ ਸਿੱਖ ਕੌਮ ਹੈ ਕਿ ਵੱਖੋ ਵੱਖਰੇ ਭਾਈਚਾਰੇ ਹੋਰ ਵੀ ਨਾਲ ਨੇ? ਦੇਖੋ ਜਿਹੜੀ ਅਸਲੀਅਤ ਹੈਗੀ ਆ ਵੀ ਟਾਰਗੇਟਡ ਤਾਂ ਸਾਰੇ ਇਸ ਵਕਤ ਤਾਂ ਸਿੱਖ ਕੌਮ, ਆਪਾਂ ਕਹੀਏ ਵੀ ਬਹੁਤ ਭਾਈਚਾਰੇ ਜੁੜੇ ਹੋਏ ਆ, ਇਹੋ ਜਿਹੀ ਕੋਈ ਗੱਲ ਨਹੀਂ। ਹਾਂ, ਉਹਨਾਂ ਨੂੰ ਰਿਲਾਈਜੇਸ਼ਨ ਬਹੁਤ ਜ਼ਿਆਦਾ ਹੈਗੀ ਆ, ਬਹੁਤ ਹੀ ਜ਼ਿਆਦਾ, ਜਿਹੜੇ ਖਾਸ ਕਰਕੇ ਜਿਹੜੇ ਇੱਥੋਂ ਦਾ ਵਿਦੇਸ਼ੀ ਵਰਗ ਆ, ਉਹ ਜਿਨ੍ਹਾਂ ਦੇ ਨਾਲ ਜੇ 2-3 ਵੀਰ ਭੈਣ ਸਿੱਖ ਪਏ ਨੇ, ਉਹ ਜਿਨ੍ਹਾਂ ਨੂੰ ਇੱਥੇ ਬਹੁਤ, ਜਾਣੀ ਤੁਸੀਂ ਬਹੁਤ ਰੀਸੈਂਟ ਆਏ ਹੋਏ ਆ, ਇੱਥੇ ਤਾਂ ਜਰਨਲਿਸਟ ਖਰੀਦ ਕੇ, ਇੱਥੇ ਮਲੋਜ ਕ੍ਰਿਸ਼ਨ ਧਰਮ ਦੀ ਕਿਤਾਬ ਆ ਓਪਨ ਸੀਕ੍ਰੇਟਸ, ਉਹ ਜਿਹੜਾ ਰਾਧਾ ਏਜੰਟ ਹੁੰਦਾ ਸੀ ਜਿਹਨੇ 1985 ਜਦੋਂ ਇੱਥੇ ਜਹਾਜ਼ ਛੱਡਦੇ ਨੇ ਉਹਦੇ ਦੌਰਾਨ ਉਹ ਇੱਥੇ ਏਜੰਟ ਸੀਗਾ, ਉਹਨੇ ਬੜੀ ਡਿਟੇਲ ਦੱਸਿਆ ਹੋਇਆ ਵੀ ਅਸੀਂ ਕਿਵੇਂ ਮੀਡੀਆ ਖਰੀਦਿਆ, ਗੁਰੂ ਘਰਾਂ ਦੇ ਵਿੱਚ ਪੈਨੀਟ੍ਰੇਟ ਕੀਤੇ ਹੋਏ ਸੀ ਅਸੀਂ, ਉਹਦੇ ਰਾਹੀਂ ਉਹਨੇ ਇੰਨਾ ਪ੍ਰਚਾਰ ਕੀਤਾ ਹੋਇਆ ਸੀ, ਉਹ ਤਾਂ ਆਮ ਜਿਹੜਾ ਇੱਥੇ ਗੋਰਾ ਜਿਹੜਾ ਵਿਚਾਰਾ ਵੈਸਟਰਨ ਆ ਉਹ ਦੇਖ ਕੇ, ਸਿੱਖ ਨੂੰ ਦੇਖ ਕੇ ਉਹਦੇ ਮਨ 'ਚ ਆਉਂਦਾ ਵੀ ਅੱਤਵਾਦੀ। ਅੱਜ ਜਦੋਂ ਹਰ ਜਿੱਥੇ ਵੀ ਕੋਈ ਤੁਸੀਂ ਸੈਂਟਰ ਚਲੇ ਜਾਓ ਕਿਸੇ ਵੇਲੇ ਵੀ, ਸਾਲ ਦੌਰਾਨ ਹੀ ਕੋਈ 4 ਵੀਰ ਭੈਣ ਸਿੱਖ ਪਏ ਆ, ਕੋਈ 4 ਦੂਜੇ ਪਏ ਨੇ, 2 ਚੀਨੇ ਪਏ ਨੇ, ਉਹ ਦੇਖਦੇ ਆ ਵੀ ਪੜ੍ਹਦੇ ਕੀ ਹੁੰਦੇ ਸੀ ਆਹ ਹੈ। ਪਰ ਇੱਕ ਦਿਨ 'ਚ ਤਾਂ ਚਲੋ ਕੋਈ ਕਨਫਿਊਜ਼ਨ ਨਹੀਂ ਦੂਰ ਹੁੰਦੀ, ਸਾਲਾਂ ਵਧੀ 21 ਸਾਲ, ਉਹ ਜਿਹੜਾ ਕੁਛ ਹੋ ਰਿਹਾ ਉਹਨਾਂ ਦੇ ਵਿੱਚ ਉਹ ਧੁੰਦ ਜਿਹੜੀ ਆ ਉਹ ਛੱਟ ਰਹੀ ਆ, ਐਕਸ਼ਨਾਂ ਦੇ ਨੇ ਛੱਟਣੀ ਆ ਲੈਕਚ। ਹੁਣ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰਦਾ, ਜੇ ਰਿਐਲਿਟੀ ਹੈ ਨਹੀਂ ਗੀ, ਜੇ ਤੁਸੀਂ ਕੰਪੇਨ ਦੇ ਦੌਰਾਨ ਜਿੱਥੇ ਉਹ ਜਾ ਕੇ ਉਮੜ ਕੇ ਵੀਰ ਭੈਣ ਆਉਂਦੇ ਨੇ, ਜੇ ਉਹ ਨਾ ਹੋਵੇ, ਆ ਮੇਰੀਆਂ ਗੱਲਾਂ ਸਭ ਬੇਮਹਿਨਾ ਨੇ, ਇਹ ਤਾਂ ਲੈਕਚਰ ਬਹੁਤ ਵਧੀਆ ਕੀਤੇ ਜਾ ਸਕਦੇ ਆ। ਇੱਥੇ ਵੀ ਆ ਜਿਹੜੀ ਕੰਪੇਨ ਦਾ ਪਰਪਸ ਹੈ, ਇਹਦੇ ਵਿੱਚ ਨਟੰਕੀ ਕੋਈ ਨਹੀਂ ਕਰਨੀ ਅਲਾਊਡ, ਕੋਈ ਵੀ ਵੀਰ ਭੈਣ ਉਹਨਾਂ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਨਟੰਕੀ ਨਹੀਂ, ਕੋਈ ਵੱਡੇ ਉਪਦੇਸ਼ ਨਹੀਂ, ਇਹਦੇ 'ਚ ਜਿਉਣਾ ਸਟਾਰਟ ਕਰੋ, ਪ੍ਰੈਕਟੀਕਲੀ ਜਿਉਣਾ ਸਟਾਰਟ ਕਰੋ, ਪਿਆਰ ਕਰੋ, ਲੋਕਾਂ ਨੂੰ ਦੱਸੋ ਵੀ ਪਿਆਰ ਕਿਵੇਂ ਕਰੀਦਾ ਹੁੰਦਾ, ਆਪ ਕਰਕੇ ਦੱਸਿਆ ਜਾਊਗਾ, ਪਰ ਐਂ ਨਾ ਬੋਲ ਕੇ ਨਾ ਦੱਸਿਆ ਜਾਵੇ ਵੀ ਲੈਕਚਰ ਕਰਕੇ ਮੁੜ ਕੇ ਵੀ ਤੁਸੀਂ ਦੱਸ ਦਿਓ ਵੀ ਮੈਂ ਉਦੋਂ ਬਾਅਦ ਮੋਦੀ ਹੋਣਾ ਨਾਲ ਡਿਨਰ ਕਰੂੰਗਾ। ਸੋ ਇਸ ਚੀਜ਼ ਦਾ ਜਿਹੜਾ ਅਸਰ ਆ ਉਹ ਤੁਸੀਂ ਹੌਲੀ ਹੌਲੀ, ਜਿਵੇਂ ਤੁਸੀਂ ਇੱਥੇ ਜਿਉਣਾ ਵੀ ਆ, ਤੁਸੀਂ ਦੇਖਣਾ ਆਲੇ ਦੁਆਲੇ, ਉਹ ਤੁਸੀਂ ਦੇਖੋਗੇ ਲੋਕਾਂ, ਜਿਹੜੀ ਮੈਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦਾ ਇਹ ਪ੍ਰੈਕਟੀਕਲੀ ਦੇਖੋਗੇ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਅਤੇ ਇੰਨੀ ਵਧੀਆ ਜਾਣਕਾਰੀ ਦੇਣ ਦੇ ਲਈ ਅਤੇ ਇਸ ਦੇ ਨਾਲ ਦੱਸਣ ਦੇ ਲਈ ਕਿ ਆਖਿਰ ਸਿੱਖ ਕੌਮ ਦੇ ਵੱਲੋਂ ਜੋ ਇਹ ਉਪਰਾਲਾ ਕੀਤਾ ਜਾ ਰਿਹਾ ਅਤੇ ਇਸ ਕੈਂਪੇਨ ਦੇ ਨਾਲ ਜੁੜਨ ਲਈ, ਜਿਵੇਂ ਤੁਸੀਂ ਕਿਹਾ ਕਿ ਹਰ ਕੋਈ ਨਹੀਂ ਹੋ ਸਕਦਾ, ਹੈ ਨਾ, ਇਸ ਕੈਂਪੇਨ ਨਾਲ ਜੁੜਨ ਲਈ ਜਿਵੇਂ ਹੁਣ ਸਾਡੇ ਦਰਸ਼ਕ ਵੀ ਦੇਖ ਰਹੇ ਨੇ, ਬੇਸ਼ੱਕ ਉਹ ਕੈਨੇਡਾ ਵਿੱਚ ਨਾ ਹੋਣ, ਹੋਰ ਦੇਸ਼ਾਂ ਦੇ ਵਿੱਚ ਹੋਣ, ਅਗਰ ਉਹ ਜੁੜਨਾ ਚਾਹੁੰਦੇ ਹੋਣ ਤਾਂ ਉਹ ਕੀ ਕਰਨ? ਹਾਂਜੀ, ਉਹਦੇ 'ਚ ਸਭ ਤੋਂ ਜਿਹੜੀ ਵੱਡੀ ਗੱਲ ਤਾਂ ਹੈਗੀ ਆ ਵੀ ਉਹਨਾਂ ਕੋਲ ਇਹ ਭਾਵਨਾ ਹੋਣੀ ਚਾਹੀਦੀ ਆ
ਜੇ ਨਹੀਂ ਵੀ ਹੈਗੀ ਉਹ ਮੇਰੇ ਵੀਰ ਭੈਣ ਜੇ ਉਹ ਮਾੜਾ ਜਿਹਾ ਵੀ ਇਹਦੇ ਬਾਰੇ ਸੋਚਦੇ ਆ, ਜਿਹੜੇ ਵੀ ਵਲੰਟੀਅਰ ਉੱਥੇ ਉਹਨਾਂ ਦੇ ਏਰੀਏ ਦੇ ਵਿੱਚ, ਜਿਵੇਂ ਕੈਨੇਡਾ ਤਾਂ ਜਿਵੇਂ ਪਹਿਲਾਂ ਦੱਸਿਆ ਸਾਰੇ ਸ਼ਹਿਰਾਂ ਦੇ ਵਿੱਚ ਕੰਪੇਨ ਹੁੰਦੀ ਆ, ਉਹ ਇੱਕ ਵੈਬਸਾਈਟ ਆ ਜੀ genocide1984.com, ਉਹਦੇ 'ਤੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਆ ਵੀ ਉਹ ਕਿੱਥੇ ਕੰਟੈਕਟ ਕਰਨ ਜਿਹੜੇ ਵੀਰਾਂ ਭੈਣਾਂ ਨੂੰ ਮਿਲ ਕੇ, ਉਹ ਬਹੁਤ ਸਟਰੋਂਗ ਕੁਐਸਚਨ ਪੁੱਛਣ ਉਹਨਾਂ ਨੂੰ, ਐਂ ਨਾ ਉਹਨਾਂ ਨੂੰ ਲਿਹਾਜ਼ ਨਾ ਕਰਨ, ਐਪਰੀਸੀਏਸ਼ਨ 'ਚ ਨਾ ਜਾਣ, ਉਹਨੂੰ ਡੀਪ ਜਾਣ, ਤਾਂ ਕਿ ਅਦਰਵਾਈਜ਼ ਕੀ ਆ, ਕਿਉਂਕਿ ਬਹੁਤ ਕੁਛ ਹੋ ਚੁੱਕਿਆ ਆਲਰੇਡੀ, ਬੰਦੇ ਬਹੁਤ ਸਿਆਣੇ, ਬਹੁਤ ਛਾਤਰ, ਬਹੁਤ ਚੰਗੇ ਤਰ੍ਹਾਂ ਤਰ੍ਹਾਂ ਦੇ ਆਉਂਦੇ ਨੇ, ਉਹਨਾਂ ਦੀ ਇੱਕ ਉਮਰ ਹੁੰਦੀ ਆ। ਇਸ ਕੰਪੇਨ ਨੂੰ ਜਾਣਨ ਦੇ ਲਈ ਬਹੁਤ ਜ਼ਰੂਰੀ ਆ, ਤਾਂ ਕਿ ਉਹਦੇ ਵਿੱਚ ਪਿਆਰ ਦੇ ਨਾਲ ਜਾ ਕੇ ਤਾਂ ਹੀ ਕੰਮ ਕਰ ਸਕਦੇ ਜੇ ਉਹਨੂੰ ਡੀਪ ਜਾਣਗੇ। ਅਤੇ ਜੇ ਬੀ ਸੀ ਦੇ ਵਿੱਚ ਜਾਂ ਹੋਰ ਕਿਸੇ ਇਨਫੋਰਮੇਸ਼ਨ ਇੱਦੋਂ ਵਾਧੂ ਲੈਣੇ ਚਾਹੁੰਦੇ ਆ ਕੋਈ ਵੀਰ ਭੈਣ, ਉਹ ਫੋਨ ਨੰਬਰ ਹੈ ਜੀ ਕੰਪੇਨ ਦਾ 604-369-1984, 369-1984, ਉਹਦੇ 'ਤੇ ਫੋਨ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਅਤੇ ਬਾਕੀ ਦਾ ਵਹੀਰਾ ਕੱਤ ਕੇ ਉਹ ਬਲੱਡ ਦੇ ਸਕਦੇ ਆ, ਪਰ ਹੁਣ ਕਈ ਵਾਰੀ ਕਈਆਂ ਦੇ ਮਨ 'ਚ ਆਉਂਦਾ ਉਹ ਕਹਿੰਦੇ ਮੈਂ ਤਾਂ ਬਲੱਡ ਨਹੀਂ ਦੇ ਸਕਦਾ, ਮੈਂ ਤਾਂ 71 ਸਾਲ ਤੋਂ ਉੱਪਰ ਆ ਉਮਰ ਮੇਰੀ, ਕੋਈ ਕਹਿੰਦਾ ਮੈਂ 17 ਸਾਲ ਤੋਂ ਥੱਲੇ ਆ, ਨਹੀਂ ਉਹ ਸਭ ਤੋਂ ਵੱਡਾ ਰੋਲ ਕਰ ਸਕਦੇ ਆ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਅੱਜ। ਇਹਨੂੰ ਪ੍ਰੈਕਟੀਕਲੀ ਮੇਰੇ ਵੀਰ ਭੈਣ ਉਸ ਚੀਜ਼ ਨੂੰ ਸਮਝਣ ਦਾ ਯਤਨ ਕਰਨ, ਗੁਰੂ ਨਾਨਕ ਸਾਹਿਬ ਦੀ ਕੌਮ ਦੇ ਜਿਹੜੇ 1984 ਦੇ ਕਤਲੇਆਮ ਦੀ ਯਾਦ 'ਚ ਜਿਹੜੀਆਂ 1,40,000 ਜਾਨਾਂ ਬਚਾਈਆਂ, ਉਹਦੇ 'ਤੇ ਮਾਣ ਮਹਿਸੂਸ ਕਰਨ। ਅਤੇ ਉਹ ਗੁਰੂ ਪਾਤਸ਼ਾਹ ਦੇ ਜਿਹੜੇ ਉਹ ਜਿਉਣ ਦਾ ਤਰੀਕਾ, ਉਹਨੂੰ ਜਿਉਣਾ ਸਟਾਰਟ ਕਰ ਲੈਣ। ਉਹ ਕਹਿੰਦਾ ਇਹਦੇ ਨਾਲ ਕੀ ਫਰਕ ਪੈਣਾ, ਉਹ ਕਹਿੰਦਾ ਨਹੀਂ ਇਸੇ ਤੋਂ ਡਰਦਾ ਉਹ, ਕਹਿੰਦਾ ਆਪਾਂ ਨੂੰ ਉਹ ਮਾਰਿਆ ਉਹਨੇ ਇਸੇ ਕਰਕੇ ਹੀ ਆ। ਉਹ ਕਹਿੰਦਾ ਵੀ ਆਪਾਂ ਜਿਉਂਦੇ ਤਾਂ ਹੈ ਨਹੀਂ ਸੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਮੈਂ ਤਾਂ ਕੁਛ ਵੀ ਨਹੀਂ ਜਿਉਂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਗੁਰੂ ਨਾਨਕ ਬਾਰੇ, ਮੈਨੂੰ ਤਾਂ 10 ਗੁਰੂਆਂ ਦੇ ਨਾਂ ਨਹੀਂ ਸੀ ਪਤਾ ਜਿੱਦਣ 1984 ਹੁੰਦੀ ਹੈ। ਪਰ ਕਹਿੰਦੇ ਜਿੱਦਣ ਤੁਸੀਂ ਉਹ ਗੁਰੂ ਨਾਨਕ ਸਾਹਿਬ ਦੇ ਬਾਰੇ ਜਾਣਨਾ ਸਟਾਰਟ ਕਰੋਗੇ, ਉਹ ਆਪਣਾ ਪਰਪਸ ਆ, ਕਿਉਂਕਿ ਇਹੀ ਹਟਾਉਣ ਦੀ ਖਾਤਰ ਉਹਨੂੰ ਸ਼ੱਕ ਸੀਗਾ, ਮੇਰੇ ਵਰਗਿਆਂ 'ਤੇ ਵੀ ਸ਼ੱਕ ਸੀ ਵੀ ਇਹ ਜਾਣ ਸਕੂਗਾ। ਉਹ ਕਹਿੰਦੇ ਜਾਲ ਦਿਓ, ਜੇ ਬਾਕੀ ਦੇ ਊਂ ਡਰ ਕੇ ਸਾਡੇ ਨਾਲ ਹੋ ਜਾਣਗੇ। ਹੁਣ ਆਪਾਂ ਇਹਦੇ ਵਿੱਚ ਉਹਨੂੰ ਜਾਣਨ ਅਤੇ ਉਹਦੇ ਤਰੀਕੇ ਨਾਲ ਤੁਰਨਾ, ਇਹੀ ਸਾਨੂੰ ਬਚਣ ਦਾ ਕਾਰਨ ਵੀ ਇਹੀ ਬਣੂਗਾ। ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ, ਜਿਵੇਂ ਆਪਾਂ ਆਵਾਜ਼ ਉਠਾਉਣ ਦੀ ਗੱਲ ਆ, ਇਹਦਾ ਇੱਕ ਪਰਪਸ ਆ ਜਿਹੜੀ ਆਪਾਂ ਉਠਾ ਰਹੇ ਹਾਂ 1984 ਦੇ ਕਤਲੇਆਮ ਦੇ ਵਿਰੁੱਧ। ਪਰ ਜਿਵੇਂ ਉਹਦਾ ਸਧਾਰਨ ਤੌਰ 'ਤੇ ਸਿੰਪਲ ਇਹੀ ਨਹੀਂ ਵੀ 1984 ਦਾ ਕਰ ਰਹੇ ਹਾਂ, 2002 ਅਤੇ 2008 'ਚ ਉਹਨਾਂ ਦਾ ਹੋਇਆ ਜਾਂ ਅੱਜ ਜਿਨ੍ਹਾਂ ਦਾ ਹੋ ਰਿਹਾ ਉਹਦੇ ਬਾਰੇ ਨਹੀਂ, ਨਹੀਂ ਸੋਚ ਜਿਹੜੀ ਉਹ ਗਲਤ ਆ ਉਹਦੇ ਵਿਰੁੱਧ ਸੋਚ ਆ, ਉਹਦੇ ਬਾਰੇ ਆਪਾਂ ਆਵਾਜ਼ ਉਠਾਉਂਦੇ ਹਾਂ। ਇੱਕ ਚੀਜ਼ ਜ਼ਰੂਰ ਸਿੱਖਾਂ ਨੇ ਆ ਸਾਰੀ ਕੰਪੇਨ ਦੇ ਦੌਰਾਨ ਤੈਅ ਕੀਤੀ ਸੀ, ਕਈ ਪਰਸਨ ਦਾ ਖਿਆਲ ਹੁੰਦਾ ਵੀ ਨਹੀਂ ਯਾਰ ਰੌਲਾ ਨਹੀਂ ਪਾਉਣਾ ਚਾਹੀਦਾ, ਉਹ ਕਹਿੰਦੇ ਵੀ ਕੀ ਕਰਨਾ ਚਾਹੀਦਾ, ਉਹ ਕਹਿੰਦੇ ਨਹੀਂ ਕੁਛ ਵੀ ਨਹੀਂ ਕਰਨਾ ਚਾਹੀਦਾ। ਫਿਰ ਅਸੀਂ ਉਹਨਾਂ ਨੂੰ ਵੀ ਇੱਕ ਆਪਸ਼ਨ ਦੇ ਤੌਰ 'ਤੇ ਸਿੱਖ ਕੌਮ ਨੇ ਇੱਕ ਤਹੀਆ ਕੀਤਾ ਸੀਗਾ ਵੀ ਜਦੋਂ 1984 ਨੂੰ ਯਾਦ ਕਰਦੇ ਹੋਏ 1 ਨਵੰਬਰ ਆ ਜਿਹੜੀ 6 ਵਜੇ ਸਾਰੀ ਸਿੱਖ ਕੌਮ ਦੇ ਬੱਚੇ ਬੱਚੀ ਭੈਣਾਂ ਵੀਰ ਜਿਹੜੇ ਬਜ਼ੁਰਗ ਨੇ ਉਹ 1 ਮਿੰਟ 6 ਵਜੇ 1 ਮਿੰਟ ਦੇ ਲਈ ਚੁੱਪ ਹੋ ਜਾਣ, ਯਾਦ ਕਰਨ ਉਹ ਵੀਰਾਂ ਭੈਣਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਬੱਚੀਆਂ ਬਣ ਕੇ, ਉਹ ਇਹੋ ਜਿਹੀ ਚੁੱਪ ਹੋਵੇ ਜਿਹੜੀ ਜ਼ਾਲਮ ਦੇ ਕੰਨ ਪਾੜ ਦੇਵੇ। ਉਹਨਾਂ ਨੂੰ ਸਮਝ ਆਊਗੀ ਉੱਦਣ ਵੀ ਕਈ ਵਾਰ ਚੁੱਪ ਰਿਹਾ ਵੀ ਬੋਲਿਆ ਜਾਂਦਾ ਹੁੰਦਾ, ਪਰ ਮਨ 'ਚ ਕੀ ਹੈ ਤੈਅ ਹੋਣਾ ਚਾਹੀਦਾ, ਚਾਹੇ ਬੋਲਦੇ ਵੇਲੇ ਹੋ ਜੇ ਚਾਹੇ ਉਹ ਚੁੱਪ ਕਰਦੇ ਹੋ ਜੇ, ਉਹਦਾ ਮਤਲਬ ਇਹ ਹੋਵੇ ਜਿਵੇਂ ਗੁਰੂ ਪਾਤਸ਼ਾਹ ਨੇ ਕਿ ਇਤੀ ਮਾਰ ਪਈ ਕਰ ਲੈਣਾ ਤੈਅ ਨਹੀਂ ਤੈਂ ਕੀ ਦਰਦ ਨਾ ਆਇਆ। ਇਹ ਉਸ ਗੁਰੂ ਪਾਤਸ਼ਾਹ ਨੇ ਕਿਹਾ ਹੋਇਆ ਜਿਹੜੇ ਕਹਿੰਦੇ ਹੁਕਮ ਰਜ਼ਾਈ ਚੱਲਣਾ, ਉਹਦੇ ਹੁਕਮ 'ਚ ਹੀ ਚੱਲਣਾ। ਉਹਨਾਂ ਨੇ ਹੁਕਮ ਦੇ ਉਲਟ ਗੁਰੂ ਸਾਹਿਬ ਨੇ ਕਿਹਾ, ਇਹ ਕਹਿੰਦੇ ਇੰਨੀ ਹੁਕਮ ਅਦੂਲੀ ਹੋ ਗਈ ਦਾਤਾ, ਇੰਨੀ ਬਾਬਰ ਨੇ ਹੁਕਮ ਅਦੂਲੀ ਕਰਤੀ, ਤੈਨੂੰ ਦਰਦ ਨਹੀਂ ਆਇਆ, ਉਸੇ ਅਕਾਲ ਪੁਰਖ ਨੂੰ ਕਹਿ ਰਿਹਾ। ਅਤੇ ਆਪਣੇ ਤਾਂ ਘਰਾਂ 'ਚ ਆਪਣੇ ਸਾਹਮਣੇ ਵੀਰਾਂ ਭੈਣਾਂ ਦੀਆਂ ਲਾਸ਼ਾਂ ਕੀ ਨਹੀਂ ਹੋਇਆ ਹੋਇਆ, ਘਰਾਂ 'ਚੋਂ ਕੱਢ ਕੱਢ ਕੇ ਮਾਰੇ ਹੋਏ ਆ, ਲਾਸ਼ਾਂ ਤੱਕ ਨਹੀਂ ਦਿੱਤੀਆਂ ਹੋਈਆਂ। ਅਤੇ ਕਹਿੰਦੇ 1 ਮਿੰਟ ਉਹਨਾਂ ਨੂੰ ਯਾਦ ਕਰਕੇ ਤੁਹਾਡਾ ਮਨੁੱਖਤਾ ਦੇ ਇੱਕ ਆਸਾਨ ਹੋਊਗਾ, ਤੁਸੀਂ ਆਪਣੇ ਆਪ ਨੂੰ ਰਿਲਾਈਜ਼ ਕਰੋਗੇ, ਤੁਹਾਡਾ ਜੀਵਨ ਸਫਲਾ ਹੋਜੂਗਾ। ਗੁਰੂ ਨਾਨਕ ਨੇ ਤੈਅ ਕੀਤਾ ਹੋਇਆ ਅਮੀਰੀਆਂ ਆ ਜਾਣਗੀਆਂ, ਧਨ ਆ ਜੂਗਾ, ਪੁਜੀਸ਼ਨ ਆ ਜਾਣਗੀਆਂ,
ਤੁਹਾਨੂੰ ਕੱਖ ਵੀ ਨਹੀਂ ਮਿਲਣਾ ਤੁਹਾਡੇ ਕੋਲ, ਲੱਗੂਗਾ ਟਾਈਮ ਤੁਹਾਡੇ ਕੋਲ ਆ ਕੇ, ਸਾਰਾ ਕੁਛ ਹੁੰਦੇ ਸੁਣਦੇ ਕੁਛ ਨਹੀਂ ਹੁੰਦਾ। ਪਰ ਜਿੱਦਣ ਤੁਸੀਂ ਆ ਗੁਰੂ ਨਾਨਕ ਦੀ ਦੌਲਤ ਲੈ ਲਈ ਨਾ, ਵੀ ਤੁਹਾਡੇ ਮਨ 'ਚ ਮਨੁੱਖਤਾ ਲਈ ਦਰਦ ਸ਼ੁਰੂ ਹੋ ਗਿਆ, ਤੁਹਾਡੇ ਕੋਲ ਕੱਖ ਨਹੀਂ ਹੋਊਗਾ ਦੁਨਿਆਵੀ ਤੌਰ 'ਤੇ, ਪਰ ਤੁਹਾਨੂੰ ਲੱਗੂਗਾ ਮੇਰੇ ਕੋਲ ਸਭ ਕੁਛ ਆ। ਇਹ ਗੁਰੂ ਘਰ 'ਚੋਂ ਮਿਲਦਾ। ਇਹ ਗੁਰੂ ਪਾਤਸ਼ਾਹ ਦੇ ਇਕੱਲੇ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਨਹੀਂ ਹੈਗਾ, ਗੁਰੂ ਪਾਤਸ਼ਾਹ ਦਾ ਤਾਂ ਗੁਰੂ ਘਰ ਜਿਹੜਾ ਸਾਰੇ ਥਾਂ 'ਤੇ ਜਿੱਥੇ ਤੁਸੀਂ ਉਹ ਸ਼ਬਦ ਗੁਰੂ ਨਾਲ ਲਈ ਫਿਰਦੇ ਹਾਂ। ਗੁਰੂ ਘਰ ਤਾਂ ਆਪਾਂ ਇਕੱਠੇ ਹੋ ਕੇ ਉੱਥੇ ਜਾ ਕੇ ਇਕੱਠੇ ਇੱਕ ਤੈਅ ਕਰਨ ਨੂੰ ਜਾਂਦੇ ਹਾਂ, ਜਿੱਥੇ ਆਪਾਂ ਕੋਈ ਸ਼ਬਦ ਸਮਝਣ ਜਾਂਦੇ ਹਾਂ ਜਾਂ ਉੱਥੇ ਆਪਾਂ ਸੇਵਾ ਕਰਨ ਜਾਂਦੇ ਹਾਂ। ਅਦਰਵਾਈਜ਼ ਗੁਰੂ ਘਰ ਹਰ ਇੱਕ ਘਰ ਜਿੱਥੇ ਵੀ ਆਪਾਂ ਬੈਠੇ ਹਾਂ ਉੱਥੇ ਆਪਾਂ ਬੱਚੇ ਬੱਚੀਆਂ ਸਾਰੇ ਇੱਕ ਮਿੰਟ ਚੁੱਪ ਕਰਨਾ, ਉਹ ਮੇਰੇ ਵੀਰ ਬੱਚੇ ਨੂੰ ਜਿਹਨੂੰ ਚੱਕ ਕੇ ਅੱਗ 'ਚ ਕਿਸੇ ਮਾਂ ਤੋਂ ਖੋ ਕੇ ਸਿੱਟਿਆ ਹੋਊਗਾ, ਉਹਨੂੰ ਆਪਾਂ ਯਾਦ ਕਰਨਾ। ਜਿਵੇਂ ਤੁਸੀਂ ਕਿਹਾ ਸੀ ਕਿ ਸਿੱਖ ਕੌਮ ਦੀ ਸੋਚ ਦੇ ਉੱਤੇ ਚੱਲਣ ਦਾ ਯਤਨ ਸ਼ੁਰੂ ਕਰਨ ਦੀ ਗੱਲ ਕੀਤੀ, ਅਤੇ ਇਸ ਦੇ ਨਾਲ ਹੀ ਕੀ ਸਿੱਖ ਕੌਮ ਨਾਲ ਜੁੜਨ ਦੇ ਲਈ ਸਿੱਖੀ ਪੂਰਨ ਸਿੱਖੀ ਸਰੂਪ ਹੋਣਾ ਉਸ ਜਿਹੜਾ ਹੋ ਉਹ ਜ਼ਰੂਰੀ ਹੈ? ਕਿ ਕਈ ਲੋਕ ਪਹਿਲੇ ਹੀ ਪੜਾਅ ਤੋਂ ਇਹ ਤੋਂ ਡਰ ਜਾਂਦੇ ਨੇ ਕੱਟੜਵਾਦ ਤੋਂ, ਅਤੇ ਉੱਥੇ ਉਹਨਾਂ ਦੇ ਇਸ ਚੀਜ਼ ਨੂੰ ਆਉਂਦਾ ਕਿ ਆਪਣੇ ਇੱਕ ਸਿੱਖੀ ਸਰੂਪ ਨੂੰ ਲੈ ਕੇ ਕੇਸਾਧਾਰੀ ਹੋਣਾ, ਦਸਤਾਰਧਾਰੀ ਹੋਣਾ, ਉਸ ਚੀਜ਼ ਦੇ ਉੱਤੇ ਕੀ ਹੈ? ਤੁਸੀਂ ਆਪਾਂ ਕਿੰਨੀ ਗੱਲਬਾਤ ਕਰ ਲਈ, ਮੈਂ ਤੁਹਾਨੂੰ ਅੰਦਰੋਂ ਦੱਸਦਾ, ਮੈਨੂੰ ਆਤਮਾ ਨੂੰ ਪਹਿਲਾਂ ਤੁਸੀਂ ਮੈਨੂੰ ਕੁਐਸਚਨ ਕੀਤਾ, ਜਿਹੜੇ ਮੇਰੀ ਆਤਮਾ 'ਚ ਇਹ ਮੈਨੂੰ 21 ਸਾਲਾਂ 'ਚ ਸਮਝ ਆਈ ਇਹਦੀ। ਮੈਂ ਜਦੋਂ ਆਪਦੇ ਮੇਰੇ 1984 3 ਜੂਨ ਤੱਕ ਵਾਲ ਕੱਟੇ ਸੀ, ਮੈਂ ਦਾੜੀ ਟ੍ਰਿਮ ਕਰਦਾ ਸੀਗਾ, ਮਨ 'ਚ ਇਹ ਸੀਗਾ ਵੀ ਮੈਂ ਸ਼ਾਇਦ ਅਮਿਤਾਬ ਬੱਚਨ ਵਰਗਾ ਵਾਲ ਜੇ ਕੱਟ ਕੇ ਉਹੋ ਜਿਹਾ ਕੈਰੈਕਟਰ ਲੱਗਦਾ, ਪੜ੍ਹਾਈ 'ਚ ਚੰਗਾ, ਖੇਡਾਂ 'ਚ ਚੰਗਾ, ਮੈਨੂੰ ਇਹ ਵਧੀਆ ਲੱਗਦਾ ਸੀ ਆਪਣਾ ਆਪ। ਤੁਸੀਂ ਯਕੀਨ ਕਰੋ, ਜਦੋਂ ਮੈਨੂੰ ਥੋੜ੍ਹਾ ਥੋੜ੍ਹਾ ਸਮਝ ਆ ਧੱਕੇ ਤੋਂ ਬਾਅਦ ਲੱਗੀ, ਮੇਰੇ ਮਨ 'ਚ ਇੱਕ ਪੰਥਕ ਜਿਹੜਾ ਇੱਕ ਲਫਜ਼ ਸੀਗਾ, ਜੇ ਇੱਕ ਦਰਸ਼ਨੀ ਆ, ਦਾੜੀ ਆ, ਜੇ ਅੰਮ੍ਰਿਤ ਛਕ ਆ, ਫਿਰ ਤਾਂ ਸੰਪੂਰਨ ਪੰਥਕ, ਇਹੋ ਜਿਹਾ ਸਮਝ ਸੀ ਮੇਰੀ। ਇਸ ਕੰਪੇਨ ਨੇ ਮੈਨੂੰ ਇਕੱਲੇ ਨੂੰ ਨਹੀਂ, ਹੋਰ ਵੀਰਾਂ ਭੈਣਾਂ ਨੂੰ ਵੀ ਉਹ ਸਮਝਾਇਆ, ਤੁਸੀਂ ਜਦੋਂ ਨਾ ਉੱਥੇ ਡੋਨੇਸ਼ਨਸ ਹੁੰਦੀਆਂ ਹੁੰਦੀਆਂ ਤੁਸੀਂ ਸਮਝੋਗੇ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਸਾਰੇ ਘਰ ਦੀ ਕਹਾਣੀ ਸਮਝ ਆ ਜਾਣੀ ਆ। ਇਸ ਕੰਪੇਨ ਦੇ ਦੌਰਾਨ ਇਹੋ ਜਿਹੇ ਵੀਰ ਜਿਨ੍ਹਾਂ ਦੇ ਸਿਰ 'ਤੇ ਇੱਕ ਵੀ ਵਾਲ ਨਹੀਂ ਹੈਗਾ, ਅਤੇ ਮੈਂ ਸੋਚਦਾ ਹੁੰਦਾ ਆਮੀ ਵੀ ਮੈਂ ਇਹੋ ਜਿਹਾ ਸਿੱਖ ਬਣ ਸਕੂੰਗਾ ਸਾਰੀ ਉਮਰ। ਜੀ ਬਿਲਕੁਲ ਸਮਝ ਸਕਦੇ ਹਾਂ ਕਿ ਇੰਨੇ ਵਧੀਆ ਸਿੱਖ, ਇੰਨੀਆਂ ਵੀਰ ਭੈਣ, ਕਿਸੇ ਦੇ ਭੈਣ ਦੇ ਵਾਲ ਕੱਟੇ ਹੋਏ ਆ, ਬੌਬ ਕੱਟ ਜਿਵੇਂ ਬੰਦਿਆਂ ਵਰਗੇ ਵਾਲ ਹੁੰਦੇ ਆ, ਉਹ ਮੇਰੇ ਤੋਂ ਹਜ਼ਾਰਾਂ ਦਰਜੇ ਚੰਗੀਆਂ ਹੁੰਦੀਆਂ। ਯਾਨੀ ਰੁਲ ਚੁੱਕੇ ਨੇ ਜਿਹੜੇ ਸਿੱਖ ਨੇ, ਗੁਆਚੇ ਹੋਏ ਨੇ ਉਹ ਅੰਮ੍ਰਿਤਧਾਰੀ, ਉਹ ਇੱਕ ਮੈਂ ਇਹੋ ਜਿਹਾ ਲੱਗਣ ਵਾਲਾ ਸਿੱਖ, ਮੈਂ ਇੰਨੀਆਂ ਬਾਣੀਆਂ ਪੜ੍ਹਨ ਵਾਲਾ ਸਿੱਖ, ਉਹਦੇ 'ਚ ਗੁਆਚੇ ਫਿਰਦੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਨੇ 28 ਮਿਲੀਅਨ 'ਚੋਂ ਰੂਹ ਫੂਕੀ ਹੋਈ ਆ, ਜਾਂ ਨਹੀਂ ਆਪਣੇ ਕੋਲ ਨਹੀਂ ਗੁਆਚ ਚੁੱਕੇ ਹਾਂ ਅਸੀਂ, ਆਹ ਜਿਹੜਾ ਆਪਣੇ ਮਿਸ ਨੋਰਮ ਆ, ਜਿਹੜਾ ਅਸੀਂ ਸਿੱਖ ਕੌਣ ਆ, ਇਸ ਕੰਪੈਨ 'ਚ ਇੱਕ ਤੈਅ ਆ ਵੀ ਸਿੱਖ ਉਹ ਆ ਜਿਹੜਾ ਆਪਣੇ ਆਪ ਨੂੰ ਸਿੱਖ ਸਮਝਦਾ, ਉਹਨੂੰ ਕਿਸੇ ਪਰਟੀਕੁਲਰ ਬੰਦੇ ਦਾ ਸਰਟੀਫਿਕੇਟ ਨਾਲ ਸਿੱਖ ਨਹੀਂ ਬਣਨਾ। ਇੱਕ ਰੂਹ ਫੁੱਕੀ ਹੋਈ ਆ ਮੈਨੂੰ, ਜਦੋਂ ਮੈਂ ਅਕਸਰ ਹੀ ਰਵੀਸ਼ ਕੁਮਾਰ ਵਰਗੇ ਜਰਨਲਿਸਟ ਨੂੰ ਦੇਖਦਾ, ਜਾਂ ਮੈਂ ਸੰਜੀਵ ਭੱਟ ਵਰਗੇ ਦੀ ਲਲਕਾਰ ਦੇਖਦਾ, ਮੈਨੂੰ ਐਂ ਲੱਗਦਾ ਵੀ ਮੈਂ ਤਾਂ ਇਹੋ ਜਿਹਾ ਸਿੱਖ ਵੀ ਹੈ ਨਹੀਂ। ਸਿੱਖ ਤਾਂ ਫਿਰ ਮਾਇਆ ਆਪਣੇ ਸਾਈਂ ਮੀਆਂ ਮੀਰ ਤੋਂ ਮੈਂ ਆਪਾਂ ਨੀਂਹ ਰਖਾਉਣੀ ਨਹੀਂ ਸੀਗੀ, ਟੋਡਰ ਮਾਲ ਨੇ ਤਾਂ ਸਿੱਕੇ ਰੱਖਣੇ ਨਹੀਂ ਸੀ ਖੜ੍ਹੇ ਕਰਕੇ। ਇਹ ਐਂ ਨਹੀਂ ਹੈਗਾ ਵੀ ਨਹੀਂ, ਇਹ ਬਹੁਤ ਕਨਫਿਊਜ਼ਿੰਗ ਹੈਗਾ ਤੁਸੀਂ, ਪਰ ਇਹ ਕੰਪੇਨ ਨੇ ਸਾਰੇ ਵੀਰਾਂ ਭੈਣਾਂ ਨੂੰ ਸਮਝਾਇਆ ਵੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸਿੱਖ ਕੌਮ ਆ ਉਹ ਬਹੁਤ, ਉਹ ਮੇਰੀ ਤੁਹਾਡੀ ਸਮਝ ਤੋਂ ਬਾਹਰ ਆ, ਤਾਂ ਹੀ ਮੈਂ ਇਹ ਕਹਿਣਾ ਵੀ ਇਹਦੇ 'ਚੋਂ ਰਿਲਾਈਜੇਸ਼ਨ ਕੱਢ ਰਹੇ ਹਾਂ, ਆਪਣੇ ਆਪ ਨੂੰ ਸਮਝ ਰਹੇ ਹਾਂ। ਅਤੇ ਰਿਵਾਈਵਲ, ਇਹ ਸਿੱਖ ਕੌਮ ਦੀ ਰਿਵਾਈਵਲ ਗੁਰੂ ਪਾਤਸ਼ਾਹ ਨੇ ਆਪਦੇ ਢੰਗ ਨਾਲ ਸ਼ਬਦ ਗੁਰੂ ਨੇ ਕੱਢ ਲਈ। ਆਪਾਂ ਜਾਮੇ 'ਚ ਕਹਿੰਦੇ ਗੁਰੂ ਹਾਜ਼ਰ ਨਾਜ਼ਰ ਆ, ਹਾਜ਼ਰ ਨਾਜ਼ਰ ਕਿਵੇਂ ਹੋ ਸਕਦਾ? ਕਿਵੇਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਬਹੁਤ ਸ਼ਰਧਾ 'ਚ ਹੋ ਜਾਂਦੇ ਹਾਂ,
ਕਿਉਂਕਿ ਆਪਾਂ ਸਮਝਦੇ ਹਾਂ ਗੁਰੂ ਉੱਥੇ ਆ, ਨਹੀਂ ਗੁਰੂ ਤਾਂ ਤੁਹਾਡੇ ਨਾਲ ਆ, ਅੰਗ ਸੰਗ ਆ, ਉਹ ਫਿਰ ਸ਼ਬਦ ਮੇਰੇ ਅੰਗ ਸੰਗ ਆ, ਉਹੀ ਰਿਵਾਈਵਲ ਦੇ ਰਿਹਾ, ਉਹੀ ਸਮਝਾ ਰਿਹਾ, ਕਰਤਾ ਆਪੇ ਹੁਕਮ ਵਰਤਾਏ ਕਹਿੰਦੇ ਆ ਨਾ ਗੁਰੂ ਸਾਹਿਬ, ਉਹ ਕਹਿੰਦੇ ਆਪ ਹੀ ਮੈਂ ਸਮਝਾਊਂਗਾ ਤੁਹਾਨੂੰ। ਅੱਜ ਸਾਰੀ ਖੇਡ ਦੇ ਵਿੱਚੋਂ ਜਦੋਂ ਉਹ ਸਮਝ ਆਉਂਦੀ ਆ, ਕਿਉਂਕਿ ਤੁਸੀਂ ਦੇਖੋਗੇ ਵਲੰਟੀਅਰ ਵੀਰ ਭੈਣ ਚਾਹੇ ਜੀ ਉਹ ਸ਼ੇਪ ਦੇ ਵਿੱਚ ਨੇ, ਕੋਈ ਅੰਮ੍ਰਿਤਧਾਰੀ ਆ, ਕੋਈ ਨਹੀਂ ਆ, ਕੋਈ ਬੀਬੀ ਆ, ਕੋਈ ਨਹੀਂ, ਉਹ ਦੱਸਦੇ ਨੇ, ਉਹ ਤੁਹਾਨੂੰ ਡਿਫਾਈਨ ਕਰਦੇ ਆ ਸਿੱਖ ਕੌਮ ਕੀ ਆ। ਅਤੇ ਮੇਰੇ ਨਾਲ ਉਹ ਆ ਜਿਹੜੀ ਹੁਣ ਸਮਝ ਆ ਰਹੀ ਆ, ਇਸ ਤੋਂ ਬਾਅਦ ਕਿਤੇ ਹੀ ਜ਼ਿਆਦਾ ਸਮਝ ਉਹ ਜਿਹੜਾ ਦੁਸ਼ਮਣ ਨੂੰ ਸੀਗੀ, ਜਿਹਨੂੰ ਕਤਲੇਆਮ ਕੀਤਾ, ਕਿ ਉਹਨੇ ਦੇਖਿਆ ਜਾਤ ਕੀ ਆ, ਗੋਤ ਕੀ ਆ, ਫਲਾਨਾ ਕੀ ਆ, ਉਹ ਕਹਿੰਦਾ ਨੋ, ਕਿਉਂਕਿ ਉਹਨੂੰ ਸਮਝ ਆ, ਕਹਿੰਦਾ ਰੂਹ ਫੂਕੀ ਵਾਲੇ ਮੈਂ ਜਾਣਦਾ, ਮੈਂ ਉਹਨਾਂ ਨੂੰ ਚੱਕ ਲੈਣਾ, ਮੈਂ ਉਹਨਾਂ ਨੂੰ ਡਰਾ ਲੈਣਾ, ਮੈਂ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦੇਣਾ, ਮੈਂ ਉਹਨਾਂ ਨੂੰ ਜਲਾਲਤ ਦੇਣੀ ਆ। ਉਹ ਕਹਿੰਦਾ ਫਿਰ ਹੁਣ ਫਿਰ ਉਹਦੀ ਸਮਝ ਤਾਂ ਆਪਣੇ ਨੂੰ ਜ਼ਿਆਦਾ ਰਹੀ, ਪਰ ਆਪਾਂ ਨੂੰ ਸਮਝ ਇੱਥੋਂ ਆਈ, ਉੱਥੋਂ ਨਹੀਂ ਸੀ ਆਈ, ਆਪਾਂ ਨੂੰ ਸਮਝ ਕੰਪੇਨ ਨੇ ਦਿੱਤੀ। ਮੇਰਾ ਖਿਆਲ ਹੋਰ ਵੀਰ ਭੈਣ ਵੀ ਇਸ ਚੀਜ਼ ਦਾ ਅਹਿਸਾਸ ਕਰਦੇ ਆ, ਅਤੇ ਇਹੋ ਜਿਹਾ ਕੁਛ ਵੀ ਨਹੀਂ ਹੈਗਾ ਵੀ ਇਸ ਤਰ੍ਹਾਂ ਦਾ ਸਿੱਖ ਸੰਪੂਰਨ ਸਿੱਖ ਆ। ਮੈਂ ਤਾਂ ਇਹ ਕੰਪੇਨ ਦੇ ਦੌਰਾਨ ਕਈ ਡੋਨਰ ਵਿਚਾਰੇ ਉਹਨਾਂ ਨੂੰ ਬੜੀ ਬਹਿਸ ਹੋਈ ਵੀ ਫਲਾਨਾ ਜਿਹੜਾ ਉਹ ਸੰਪੂਰਨ ਸਿੱਖ ਆ, ਨਹੀਂ ਸੰਪੂਰਨ ਸਿੱਖ ਆ, ਨਹੀਂ ਗੁਰੂ ਸਾਹਿਬ ਦਾ ਤਾਂ ਜਿਹੜਾ ਉਹਦੇ ਆਸ਼ੇ ਅਨੁਸਾਰ ਚੱਲ ਪਿਆ। ਬਾਲ ਦਾੜੀ ਤਾਂ ਆਉਂਦੇ ਆ, ਅੱਜ ਹੈਗੇ ਆ, ਕੱਲ੍ਹ ਨੂੰ ਚਾਹ ਵੀ ਸਕਦੇ ਆ, ਅੱਜ ਨਹੀਂ ਹੈਗੇ ਆ ਸਕਦੇ ਆ। ਆਪਣਾ ਤਾਂ ਇਤਿਹਾਸ ਗਵਾਹ ਮਾਧੋ ਦਾਸ ਬੈਰਾਗੀ ਨੂੰ ਗੁਰੂ ਸਾਹਿਬ ਨੇ ਸਾਰੀ ਕੌਮ ਦੀ ਬਾਗਡੋਰ ਦਿੱਤੀ ਸੀਗੀ। ਸੱਤਾਂ ਦਿਨਾਂ ਦਾ ਫਰਕ ਆ, ਕਿੱਥੇ ਉਹ ਮਾਧੋ ਦਾਸ ਬੈਰਾਗੀ, ਕਿੱਥੇ ਬੰਦਾ ਬਹਾਦਰ ਆ, ਅਤੇ ਅਸੀਂ ਤਾਂ ਆਪਦੇ ਨਾਲ ਵੀਰ ਭੈਣ ਨੂੰ ਪਏ ਨੂੰ ਜਿਹੜਾ ਗੁਰੂ ਤੇ ਅਰਪਣ ਹੋ ਕੇ ਨਾੜ 'ਚੋਂ ਖਨੂਨ ਕਢਾ ਰਿਹਾ। ਮੈਂ ਸੋਚ ਰਿਹਾ ਵੀ ਸੰਪੂਰਨ ਸਿੱਖ ਨੇ, ਇਹ ਸੰਪੂਰਨ ਸਿੱਖ ਕਿਹੋ ਜਿਹਾ, ਕੌਮ ਕੀ ਆ, ਇਹ ਲੰਮਾ ਵਿਸ਼ਾ, ਇਹ ਸਮਝ ਆ ਜੂਗਾ, ਪਰ ਰਾਹ 'ਤੇ ਤੁਰਨਾ ਚਾਹੀਦਾ। ਤੁਰਨਾ ਸਟਾਰਟ ਕਰ ਲਿਆ, ਬਾਕੀ ਤਾਂ ਗੁਰੂ ਨੇ ਕਰ ਲੈਣਾ। ਉਪਰਾਲਾ ਉੱਦਮ ਆ ਜਿਹੜਾ, ਉਹ ਬਿਲਕੁਲ ਇਨਸਾਨ ਨੂੰ ਕਰਨਾ ਪੈਣਾ, ਉਹਦੀ ਕਿਰਪਾ ਤਾਂ ਹੋਈ ਹੋਈ ਆ। ਕਈ ਵਾਰ ਕਹਿੰਦਾ ਕਿਰਪਾ ਕਰੂਗਾ, ਨਹੀਂ ਕਿਰਪਾ ਕਿੱਥੋਂ ਕਰਨੀ ਆ, ਸਿੱਖ ਦੇ ਘਰ ਜਨਮ ਵੀ ਦਿੱਤਾ ਹੋਇਆ, ਤੁਹਾਨੂੰ ਇਹੋ ਜਿਹਾ ਕਰਕੇ ਵੀ ਦਿਖਾਇਆ ਹੋਇਆ। ਉਹ ਕਹਿੰਦੇ ਹੁਣ ਤਾਂ ਤੁਰ ਪੋ, ਤੁਹਾਡਾ ਆਧਾਰ ਹੋ ਜਾਊਗਾ, ਬਾਕੀ ਦਾ ਜੀਵਨ ਸਫਲਾ ਹੋ ਜਾਊਗਾ ਜੀ। ਅਤੇ ਇਸ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਇਹ ਵੀਰਾਂ ਭੈਣਾਂ ਤੱਕ ਇਹ ਸੁਨੇਹਾ ਜਿਹੜਾ ਸਾਰੇ ਵੀਰਾਂ ਭੈਣਾਂ ਦਾ, ਮੈਂ ਤਾਂ ਬੋਲ ਰਿਹਾ ਕਿਉਂਕਿ ਮੈਂ ਅਕਸਰ ਹੀ ਜੇ ਕਈ ਵਾਰ ਕੋਈ ਹੁੰਦੇ ਆ ਜਿਨ੍ਹਾਂ ਨਾਲ ਮੈਂ ਡੋਨਰ ਨਾ ਕਿਸੇ ਨਾਲ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ, ਜਦੋਂ ਮੈਂ ਗੱਲ ਕਰਦਾ ਉਹ ਕਹਿੰਦੇ ਬਹੁਤ ਇੰਪ੍ਰੈਸ ਹੁੰਦੇ ਆ, ਕਿਉਂਕਿ ਇੰਪ੍ਰੈਸ ਕਰਨ ਦਾ ਇੱਕ ਫੈਸ਼ਨ ਆ, ਬਹੁਤ ਬੰਦੇ ਇੰਪ੍ਰੈਸ ਕਰਦੇ ਆ। ਇੱਥੇ ਮੈਂ ਉਹਨਾਂ ਨੂੰ ਅਕਸਰ ਹੀ ਕਹਿਣਾ, ਉੱਥੇ ਆ ਕੇ ਦੇਖਿਓ, ਮੈਂ ਉਹ ਵੀਰਾਂ ਭੈਣਾਂ ਦੇ ਪੈਰਾਂ ਵਰਗਾ ਨਹੀਂ ਜਿਹੜੇ ਉੱਥੇ ਵਲੰਟੀਅਰ ਹੁੰਦੇ ਆ, ਇਹ ਰਿਐਲਿਟੀ ਆ, ਮੈਂ ਕੋਈ ਐਗਜੈਜੀਰੇਸ਼ਨ ਨਹੀਂ ਕਹਿੰਦਾ। ਹਾਂਜੀ, ਤੁਹਾਡਾ ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਸਾਨੂੰ ਇੱਥੇ ਬਰਜਿੰਦਰ ਸਿੰਘ ਜੀ ਵੱਲੋਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜੋ ਬਹੁਤ ਅਹਿਮ ਗੱਲਾਂ ਵੀ ਦੱਸੀਆਂ ਗਈਆਂ, ਅਤੇ ਤੁਸੀਂ ਵੀ ਜੇ ਖੁਦ ਜਾਣਨਾ ਚਾਹੁੰਦੇ ਹੋ ਕਿ ਆਖਿਰ ਸਿੱਖ ਨੇਸ਼ਨ, ਸਿੱਖ ਕੌਮ ਹੈ ਕੀ ਹੈ, ਤਾਂ ਜੋ ਵੈਬਸਾਈਟ ਵੀ ਸਾਂਝੀ ਕੀਤੀ ਗਈ ਹੈ ਉਸ ਦੇ ਉੱਤੇ ਤੁਸੀਂ ਜਾ ਸਕਦੇ ਹੋ, ਅਤੇ ਇਸ ਕੈਂਪੇਨ ਦੇ ਬਾਰੇ ਜੋ ਜਾਣਕਾਰੀ ਉਹ ਵੀ ਲੈ ਸਕਦੇ ਹੋ, ਅਤੇ ਕਿਸੇ ਵੀ ਤਰ੍ਹਾਂ ਤੁਹਾਡੇ ਮਨ 'ਚ ਸਵਾਲ ਹੋਵੇ ਉਸ ਵੈਬਸਾਈਟ ਦੇ ਜ਼ਰੀਏ ਤੁਸੀਂ ਉਹ ਸਵਾਲ ਵੀ ਪੁੱਛ ਸਕਦੇ ਹੋ, ਅਤੇ ਤੁਹਾਨੂੰ ਉਸਦਾ ਜਵਾਬ ਜ਼ਰੂਰ ਮਿਲੇਗਾ। ਇਸ ਨਾਲ ਹੀ ਮੈਨੂੰ ਪ੍ਰਨੀਤ ਕੌਰ ਨੂੰ ਦਿਓ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ TV ਪੰਜਾਬ।